بالای سنهال ساز می آکال واہگرو جی کا خالصہ واہگرو جی کی فتح اکال چن دیکھ رہے درشکوں دس دیے آپ جی کا داس گرپریت سنگھ دلی تو اج ایک خاص پروگرام لے کے آ رہے ہیں گے ہاں ڈی مونیٹائزیشن دے ایک سال ਜੋ ਕਿ ਐਨਵਰਸਰੀ ਜਿਹਨੂੰ ਅਸੀਂ ਕਹਿ ਵੀ ਸਕਦੇ ਹਾਂ ਸਰਕਾਰ ਵੱਲੋਂ ਭਾਰਤੀ ਸਰਕਾਰ ਵੱਲੋਂ ਐਜ਼ ਏ ਐਨਵਰਸਰੀ ਵੀ ਮਨਾਈ ਗਈ ਔਰ ਕਾਂਗਰਸ ਵੱਲੋਂ ਉੱਥੇ ਜਿਹੜਾ ਹੈ ਐਜ਼ ਏ ਬਲੈਕ ਡੇ ਕਾਲਾ ਦਿਵਸ ਦੇ ਤੌਰ ਤੇ ਵੀ ਮਨਾਇਆ ਗਿਆ ਤੇ ਕੀ ਅਸੀਂ ਡੀਮੋਨੇਟਾਈਜੇਸ਼ਨ ਦੇ ਵਿੱਚ ਸਾਨੂੰ ਕੀ ਪ੍ਰਾਪਤ ਹੋਇਆ ਸੀ ਕੀ ਖੱਟਿਆ ਤੇ ਅਸੀਂ ਕੀ ਗਵਾਇਆ ਇਸ ਦੇ ਬਾਰੇ ਹੀ ਸਾਡਾ ਜੋ ਅੱਜ ਦਾ ਪ੍ਰੋਗਰਾਮ ਰਹੇਗਾ ਤੇ ਉਹਦੇ ਵਿੱਚ ਅਸੀਂ ਕੀ ਪੋਜ਼ਿਟਿਵ ਚੀਜ਼ਾਂ ਨਿਕਲ ਕੇ ਆਈਆਂ ਕੀ ਨੈਗੇਟਿਵ ਚੀਜ਼ਾਂ ਨਿਕਲ ਇੱਕ ਬੈਲੈਂਸਡ ਜੋ ਕਿ ਐਜ਼ ਏ ਜਰਨਲਿਜ਼ਮ ਅਸੀਂ ਗੱਲ ਕਰਾਂਗੇ ਅੱਜ ਕਿਉਂਕਿ ਐਸਾ ਨਹੀਂ ਹੈ ਕਿ ਕੋਈ ਵੀ ਚੀਜ਼ ਇੰਪਲੀਮੈਂਟ ਹੁੰਦੀ ਹੈ ਤੇ ਕੁਛ ਨਾ ਕੁਛ ਪਰਸੈਂਟ ਉਹ ਪੋਜ਼ਿਟਿਵ ਜ਼ਰੂਰ ਆਉਂਦਾ ਹੈਗਾ ਅਤੇ ਕਿੰਨਾ ਪਰਸੈਂਟ ਪੋਜ਼ਿਟਿਵ ਆਇਆ ਕਿੰਨਾ ਪਰਸੈਂਟ ਨੈਗੇਟਿਵ ਆਇਆ ਸਾਰੇ ਅਸੀਂ ਜੋ ਕਿ ਚੀਜ਼ਾਂ ਡਿਸਕਸ ਕਰਾਂਗੇ ਮੌਜੂਦ ਹੈਗੇ ਅਸੀਂ ਜਿਮਸ ਕਾਲਜ ਦੇ ਵਿੱਚ ਜੋ ਕਿ ਦਿੱਲੀ ਦਾ ਇੱਕ ਆਈ ਪੀ ਯੂਨੀਵਰਸਿਟੀ ਦਾ ਗੁਰੂ ਗੋਬਿੰਦ ਸਿੰਘ ਇੰਦਰਪ੍ਰਸ ਯੂਨੀਵਰਸਿਟੀ ਦਾ ਇੱਕ ਬੜਾ ਇੱਕ ਮੰਨਿਆ ਕਾਲਜ ਹੈਗਾ ਔਰ ਉਹਦੇ ਪ੍ਰੋਫੈਸਰ ਸਰਦਾਰ ਨਰਿੰਦਰ ਪਾਲ ਸਿੰਘ ਜੀ ਜੋ ਕਿ ਫਾਈਨੈਂਸ ਔਰ ਇਕਨੋਮਿਕਸ ਦੇ ਐਕਸਪਰਟ ਨੇ ਔਰ ਫਾਈਨੈਂਸ ਦੇ ਇੱਧਰ ਪ੍ਰੋਫੈਸਰ ਨੇ ਉਹਨਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਨਰਿੰਦਰ ਪਾਲ ਸਿੰਘ ਜੀ ਅਕਾਲ ਚਰਨ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਰਿੰਦਰਪਾਲ ਸਿੰਘ ਜੀ ਜਿਹੜੇ ਹੈਗੇ ਆ ਇਕਨੋਮਿਕਸ ਦੇ ਐਕਸਪਰਟ ਦੇ ਹੈਗੇ ਨੇ ਔਰ ਉਹਨਾਂ ਦੇ ਨਾਲ ਹੀ ਅਸੀਂ ਅੱਜ ਜੋ ਫੈਕਟਸ ਨੇ ਡੀਮੋਨੇਟਾਈਜੇਸ਼ਨ ਦੇ ਉਹ ਟੈਕਨੀਕਲ ਕੀ ਫਿਗਰਸ ਨੇ ਕਿਉਂਕਿ ਇੱਕ ਐਕਸਪਰਟ ਹੀ ਇਸ ਬਾਰੇ ਸਾਨੂੰ ਚੀਜ਼ਾਂ ਦੱਸ ਸਕਦਾ ਹੈਗਾ ਜੋ ਆਪ ਇਕਨੋਮਿਕਸ ਦੇ ਟਰਮਸ ਨੂੰ ਪੜ੍ਹਦੇ ਨੇ ਅਤੇ ਉਹਨਾਂ ਤੋਂ ਇੱਕ ਸਾਲ ਦਾ ਓਵਰਵਿਊ ਅਸੀਂ ਲਵਾਂਗੇ ਕਿ ਕੀ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਮਿਲੀਆਂ ਅਤੇ ਕਿਹੜੀ ਕਿਹੜੀ ਚੀਜ਼ਾਂ ਅਸੀਂ ਗਵਾਈਆਂ ਨਰਿੰਦਰਪਾਲ ਸਿੰਘ ਜੀ ਸਭ ਤੋਂ ਪਹਿਲੇ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਇਕਨੋਮਿਕਸ ਦੇ ਟਰਮਸ ਨੂੰ ਸਮਝਦੇ ਹੈਗੇ ਹੋ ਇਸੇ ਕਰਕੇ ਅਸੀਂ ਤੁਹਾਡੇ ਨਾਲ ਇਹ ਪ੍ਰੋਗਰਾਮ ਕਰ ਰਹੇ ਹੈਗੇ ਹਾਂ ਪੋਜ਼ਿਟਿਵ ਸਾਨੂੰ ਕੀ ਆਇਆ ਨੈਗੇਟਿਵ ਸਾਨੂੰ ਕੀ ਆਇਆ ਡੀਮੋਨੇਟਾਈਜੇਸ਼ਨ ਹੋਣੀ ਕਿੰਨੀ ਜ਼ਰੂਰੀ ਸੀਗੀ ਉਹ ਟੈਕਨੀਕਲ ਜੋ ਇੱਕ ਸੀ ਜੀ ਇਕਨੋਮਿਕਸ ਦੀ ਕਿਤਾਬ ਜਿਸ ਤਰ੍ਹਾਂ ਕਾਨੂੰਨ ਦੀ ਕਿਤਾਬ ਦੇ ਵਿੱਚ ਕਾਨੂੰਨ ਗੱਲਾਂ ਲਿਖੀਆਂ ਹੁੰਦੀਆਂ ਤਾਂ ਇਕਨੋਮਿਕਸ ਦੀ ਕਿਤਾਬ ਦੇ ਵਿੱਚ ਡੀਮੋਨੇਟਾਈਜੇਸ਼ਨ ਬਾਰੇ ਕੀ ਲਿਖਿਆ ਹੈਗਾ ਜਾਂ ਕੀ ਹੈਗਾ ਇਹਨੂੰ ਅਪਲਾਈ ਕਰਨ ਦੇ ਤਰੀਕੇ ਕੀ ਹੈ ਔਰ ਕੀ ਇਹ ਸਿਸਟਮ ਦੀ ਨੀਡ ਹੁੰਦੀ ਹੈ ਔਰ ਕਿੰਨੇ ਟਾਈਮ ਬਾਅਦ ਇਹਨੂੰ ਲਾਗੂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋ ਡੀਮੋਨੇਟਾਈਜੇਸ਼ਨ ਦੇਖੋ ਐਗਜ਼ੈਕਟ ਵਰਡਸ ਡੀਮੋਨੇਟਾਈਜੇਸ਼ਨ ਦਾ ਮਤਲਬ ਇਹ ਹੁੰਦਾ ਹੈ ਸਰਲ ਭਾਸ਼ਾ ਅਗਰ ਸਮਝਾਇਆ ਜਾਏ ਤਾਂ ਕਿ ਜੋ ਮੌਜੂਦਾ ਕਰੰਸੀ ਹੈ ਉਹ ਕਰੰਸੀ ਨੂੰ ਬੰਦ ਕਰ ਦੇਣਾ ਹੁਣ ਇੱਥੇ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਅਨਾਊਂਸ ਕੀਤਾ ਸਾਰੇ ਚੈਨਲਸ ਦੇ ਉੱਪਰ ਕਿ ਅੱਜ ਤੋਂ ਰਾਤ 12 ਵਜੇ ਦੇ ਬਾਅਦ 500 ਹਜ਼ਾਰ ਦੇ ਕਰੰਸੀ ਜਿਹੜੀ ਹੈ ਉਹ ਲੀਗਲ ਟੈਂਡਰ ਨਹੀਂ ਰਹੇਗੀ ਮਤਲਬ ਉਹ ਕਰੰਸੀ ਬੰਦ ਕੀਤੀ ਜਾਂਦੀ ਹੈ ਔਰ ਉਹਨੂੰ ਫਿਰ ਰਿਪਲੇਸ ਕਰਾਇਆ ਗਿਆ ਨਵੀਂ ਕਰੰਸੀ ਦੇ ਨਾਲ ਨਵੇਂ 500 ਦੇ ਨੋਟ ਆਏ ਮਾਰਕੀਟ 'ਚ ਹੋਰ ਨਵੇਂ 2000 ਦੇ ਨੋਟ ਆਏ ਅਤੇ ਇਹਦੇ 'ਚ ਦੋ ਪ੍ਰੋਸੈਸ ਚੱਲਦੇ ਪਏ ਨਾਲ ਨਾਲ ਇੱਕ ਡੀਮੋਨੇਟਾਈਜੇਸ਼ਨ ਨਾਲ ਰੀਮੋਨੇਟਾਈਜੇਸ਼ਨ ਅਤੇ ਕੰਪਲੀਟ ਤੌਰ 'ਤੇ ਇਹਨੂੰ ਡੀਮੋਨੇਟਾਈਜੇਸ਼ਨ ਅਸੀਂ ਨਹੀਂ ਕਹਾਂਗੇ ਹੁਣ ਇਹਦੇ ਪਿੱਛੇ ਸਰਕਾਰ ਦਾ ਮਕਸਦ ਕੀ ਸੀ ਕਰਨ ਦਾ ਸਰਕਾਰਾਂ ਕਰਦੀਆਂ ਨੇ ਲੇਕਿਨ ਬਹੁਤ ਫ੍ਰੀਕੁਐਂਟਲੀ ਇਹ ਕੰਮ ਨਹੀਂ ਹੁੰਦੇ ਪਹਿਲੇ ਹੋਈਆਂ ਇੰਡੀਆ 'ਚ ਹਾਂਜੀ ਇੰਡੀਆ ਵਿੱਚ ਪਹਿਲੇ ਹੋ ਚੁੱਕਿਆ ਡੀਮੋਨੇਟਾਈਜੇਸ਼ਨ ਲੇਕਿਨ ਇਸ ਵਾਰ ਜੋ ਡੀਮੋਨੇਟਾਈਜੇਸ਼ਨ ਹੋਇਆ ਉਸ ਟਾਈਮ ਜਦ ਇੰਡੀਅਨ ਇਕੋਨਮੀ ਬਹੁਤ ਅੱਛਾ ਗਰੋ ਕਰ ਰਹੀ ਸੀਗੀ ਔਰ ਵਰਲਡ ਦੇ ਵਿੱਚ ਇੰਡੀਆ ਦੀ ਕਾਫੀ ਵਾਸਟ ਵਨ ਆਫ ਦੀ ਫਾਸਟੈਸਟ ਇਕੋਨਮੀਜ਼ ਦੇ ਨਾਲ ਪਹਿਚਾਣ ਹੋ ਰਹੀ ਸੀ ਇੰਡੀਆ ਦੀ ਉਸ ਟਾਈਮ ਦੇ ਵਿੱਚ ਡੀਮੋਨੇਟਾਈਜੇਸ਼ਨ ਕਰਨਾ ਇੱਕ ਚਲਦੀ ਹੋਈ ਤੇਜ਼ ਰਫ਼ਤਾਰ ਨਾਲ ਚਲਦੀ ਹੋਈ ਇਕੋਨਮੀ ਨੂੰ ਇੱਕ ਸਲੋ ਡਾਊਨ ਲੈ ਕੇ ਆਉਣ ਵਾਲੀ ਗੱਲ ਸੀਗੀ ਤਾਂ ਉਹ ਸਾਬਤ ਵੀ ਹੋ ਰਿਹਾ ਆਂਕੜਿਆਂ ਤੋਂ ਤਾਂ ਉਹਦੇ ਵਿੱਚ ਫਿਰ ਜਦ ਬੰਦ ਕਰ ਦੇ ਕੇ ਨੋਟ ਤਾਂ ਉਹਦੇ ਕਾਰਨ ਕੀ ਸਭ ਤੋਂ ਪਹਿਲਾਂ ਸਵਾਲ ਇਹ ਆਉਂਦਾ ਅਸੀਂ ਇਸ ਤੋਂ ਪਹਿਲੇ ਦੇਖੀਏ ਕਿ ਉਹਦੇ ਫਾਇਦੇ ਜਾਂ ਨੁਕਸਾਨ ਕੀ ਹੋਏ ਉਹ ਸਮਝਣਾ ਸਾਨੂੰ ਚਾਹੀਦਾ ਹੈ ਪਹਿਲੇ ਇਹ ਦੇਖਿਆ ਸੀ ਕਿ ਸਾਨੂੰ ਕਾਰਨ ਕੀ ਸੀਗੇ ਜਿਹੜੇ 4 ਕਾਰਨ ਦੱਸੇ ਗਏ ਸਰਕਾਰ ਵੱਲੋਂ ਓਬਵੀਅਸਲੀ ਗਵਰਨਮੈਂਟ ਨੇ ਕੁਝ ਸੋਚ ਕੇ ਤਾਂ ਇਹ ਚੀਜ਼ ਜਿਹੜੀ ਲਗਾਈ ਹੋਏਗੀ ਅਤੇ ਕੀ ਸੋਚ ਕੇ ਹੈ ਜਿਹੜੇ ਚੀਜ਼ਾਂ ਲਗਾਈਆਂ ਕਿਹੜੇ ਸਰਕਾਰ ਨੇ ਹੋਮਵਰਕ ਕੀਤਾ ਹੈ ਉਹਦੇ ਅਕੋਰਡਿੰਗਲੀ ਸਰਕਾਰ ਨੇ ਸਾਨੂੰ ਦੱਸਿਆ ਜੀ ਇਹਦੇ 4 ਫਾਇਦੇ ਹੋਣਗੇ ਪਹਿਲਾ ਫਾਇਦਾ ਦੱਸਿਆ ਗਿਆ ਕਿ ਇਹਦੇ 'ਚ ਬਲੈਕ ਮਨੀ ਜਿਹੜੀ ਹੈ ਉਹ ਵਾਈਪ ਆਊਟ ਹੋ ਜਾਏਗੀ ਉਹ ਮਤਲਬ ਕਿ ਖਤਮ ਹੋ ਜਾਏਗੀ ਇਕੋਨਮੀ ਤੋਂ ਦੂਸਰਾ ਉਹਨਾਂ ਨੇ ਟੈਰਰਿਜ਼ਮ ਨੂੰ ਨਿਸ਼ਾਨਾ ਬਣਿਆ ਉਹਨੂੰ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਤੀਸਰਾ ਉਹਨਾਂ ਨੇ ਦੱਸਿਆ ਜੀ ਕਰਪਸ਼ਨ ਇਹਦੇ ਨਾਲ ਜਿਹੜੀ ਹੈ ਉਹ ਖਤਮ ਹੋਏਗੀ ਔਰ ਚੌਥਾ ਦੱਸਿਆ ਗਿਆ ਕਿ ਜਿਹੜੀ ਫੇਕ ਕਰੰਸੀ ਹੈ ਕਾਊਂਟਰ ਫੀਟ ਕਰੰਸੀ ਜਿਹਨੂੰ ਕਹਿੰਦੇ ਹਾਂ ਅਸੀਂ ਨਕਲੀ ਨੋਟ ਕਹਿੰਦੇ ਜੀ ਮਾਰਕੀਟ ਬਹੁਤ ਜ਼ਿਆਦਾ ਉਸ ਟਾਈਮ ਚੱਲ ਰਹੇ ਸੀ ਅਤੇ ਉਹਨਾਂ ਨੂੰ ਰੋਕ ਲਗਾਉਣ ਵਾਸਤੇ ਨਵੀਂ ਕਰੰਸੀ ਜਿਹੜੀ ਹੈ ਉਹ ਇੰਟਰੋਡਿਊਸ ਕੀਤੀ ਗਈ ਮਾਰਕੀਟ ਵਿੱਚ ਹੁਣ ਅਸੀਂ ਇੱਕ ਇੱਕ ਕਰਕੇ ਦੇਖਾਂਗੇ ਕਿ ਇਹਨਾਂ ਦੇ ਉੱਪਰ ਪ੍ਰਭਾਵ ਕਿੰਨਾ ਪਿਆ ਕਿੰਨਾ ਪੋਜ਼ਿਟਿਵ ਕਿੰਨਾ ਨੈਗੇਟਿਵ ਪਿਆ ਸਭ ਤੋਂ ਪਹਿਲਾਂ ਅਸੀਂ ਦੇਖੀਏ ਬਲੈਕ ਮਨੀ ਦੇ ਬਾਰੇ ਤਾਂ ਬਲੈਕ ਮਨੀ ਦੇ ਮੇਨਲੀ 4 ਸੋਰਸਿਸ ਹੈਗੇ ਆ ਇੱਕ ਤਾਂ ਬਲੈਕ ਮਨੀ ਸਾਡੀ ਟੈਕਸ ਈਵੇਜ਼ਨ ਦੇ ਥਰੂ ਆਉਂਦੀ ਆ ਟੈਕਸ ਈਵੇਜ਼ਨ ਮਤਲਬ ਹੋ ਗਿਆ ਟੈਕਸ ਦੀ ਚੋਰੀ ਜਾਂ ਤਾਂ ਜਿਵੇਂ ਮੈਂ 10 ਲੱਖ ਕਮਾਉਂਦਾ ਅਤੇ ਮੈਂ ਆਪਣੀ ITR ਸਿਰਫ 5 ਲੱਖ ਦਿਖਾਇਆ ਅਤੇ ਉਹ 5 ਲੱਖ ਜਿਹੜਾ ਮੈਂ ਨਹੀਂ ਦਿਖਾਇਆ ਉਹ ਮੇਰਾ ਟੈਕਸ ਦੀ ਚੋਰੀ ਹੋ ਗਈ ਉਹ ਮੇਰੀ ਬਲੈਕ ਮਨੀ ਬਣ ਗਈ ਜਿਹੜੀ ਮੈਂ 5 ਲੱਖ ਦੀ ਟੈਕਸ ਰਿਟਰਨ ਫਾਈਲ ਕੀਤੀ ਆ ਉਹ ਮੇਰੀ ਵਾਈਟ ਮਨੀ ਬਣ ਗਈ
ਯਾਨੀ ਕਿ ਜਿਹੜਾ ਜਿਹੜਾ ਬਾਅਦ ਵਾਲਾ 5 ਲੱਖ ਹੈਗਾ ਉਹਦੇ ਜਿਹੜਾ ਤੁਸੀਂ ਟੈਕਸ ਬਣਦਾ ਉਹ ਜੇ ਨਹੀਂ ਪੇ ਕੀਤਾ ਤੇ ਇੱਕ ਜਿਹੜੇ ਹੈਗੇ ਟੈਕਸ ਜੇ ਹਾਂ ਬਲੈਕ ਮਨੀ ਉਹ ਮੇਰੀ ਟੈਕਸੀ ਚੋਰੀ ਹੋਈ ਮੇਰੀ ਬਲੈਕ ਮਨੀ ਬਣ ਗਈ। ਦੂਸਰਾ ਫਿਰ ਇਹਦੇ ਨਾਲ ਬੰਦਾ ਹੈ ਕਿ ਅਗਰ ਤੁਸੀਂ ਇਲੀਗਲੀ ਟ੍ਰੇਡ ਕਰਦੇ ਹੋ ਕੋਈ ਚੀਜ਼ ਐਸੀ ਚੀਜ਼ ਹੈ ਜੈਸੇ ਨਾਰਕੋਟਿਕਸ ਹੈ ਜਾਂ ਲਿਕਰ ਹੈਗਾ ਇਲੀਗਲ ਟ੍ਰੇਡ ਨਾਲ ਵੀ ਬਲੈਕ ਮਨੀ ਜਨਰੇਟ ਹੁੰਦੀ ਹੈ ਠੀਕ ਹੈ। ਤੀਸਰੀ ਚੀਜ਼ ਹਮਾਰੀ ਸਾਡੀ ਆ ਜਾਂਦੀ ਹੈ ਕਰਪਸ਼ਨ ਕਰਪਸ਼ਨ ਜਾਂ ਬ੍ਰਾਈਬ ਜਿਹਨੂੰ ਕਹਿ ਦਿੰਦੇ ਹਾਂ ਅਸੀਂ ਕਿ ਰਿਸ਼ਵਤ ਦਿੰਦੇ ਹਾਂ ਕੋਈ ਸਰਕਾਰੀ ਕੰਮ ਕਰਨ ਲੱਗੇ ਲੋਕ ਅਕਸਰ ਜਿਹੜੇ ਆ ਉਹ ਸਰਕਾਰੀ ਮਹਿਕਮਿਆਂ 'ਚ ਜਿਹੜੇ ਅਫਸਰ ਹੁੰਦੇ ਆ ਉਹਨਾਂ ਤੋਂ ਕੰਮ ਛੇਤੀ ਕਰਾਉਣ ਵਾਸਤੇ ਜਾਂ ਅਟਕਿਆ ਕੰਮ 'ਚ ਕਰਵਾਉਣ ਵਾਸਤੇ ਉਹਨਾਂ ਤੋਂ ਪੈਸੇ ਦੇ ਦਿੰਦੇ ਆ ਉਹਨੂੰ ਬ੍ਰਾਈਬ ਕਹਿੰਦੇ ਹਾਂ ਅਸੀਂ। ਤਾਂ ਉਹ ਵੀ ਇਲੀਗਲ ਹੈ ਕੋਈ ਵੀ ਇਨਸਾਨ ਜਿਹੜਾ ਜੋ ਬ੍ਰਾਈਬ ਲੈਂਦਾ ਹੋਏਗਾ ਉਹ ਕਦੀ ਵੀ ਉਸਨੂੰ ਵਾਈਟ ਮਨੀ 'ਚ ਸ਼ੋਅ ਨਹੀਂ ਕਰੇਗਾ ਕਿਉਂਕਿ ਤਾਂ ਕੁਐਸਚਨ ਖੜਾ ਹੋ ਜਾਂਦਾ ਸਵਾਲ ਖੜਾ ਹੋ ਜਾਂਦਾ। ਹੁਣ ਅਗਰ ਅਸੀਂ ਇੰਡੀਆ ਦੀ ਗੱਲ ਕਰੀਏ ਕਿ ਕਰਪਸ਼ਨ ਦੇ ਵਿੱਚ ਇੰਡੀਆ ਦੀ ਰੈਂਕਿੰਗ ਜਾਂ ਸਥਰ ਜਿਹੜਾ ਹੈ ਕਰਪਸ਼ਨ ਦਾ ਉਹ ਵਧਿਆ ਜਾਂ ਘਟਿਆ ਹੈ ਪਿਛਲੇ ਇੱਕ ਸਾਲ ਦੇ ਵਿੱਚ ਤਾਂ ਐਗਜੈਕਟਲੀ ਇੱਕ ਸਾਲ ਦੀ ਰਿਪੋਰਟ 2017 ਦੀ ਰਿਪੋਰਟ ਤਾਂ ਹਾਲੇ ਮਾਰਕੀਟ 'ਚ ਨਹੀਂ ਆਈ ਹੈ ਉਹ 2018 ਦੀ ਜਨਵਰੀ 'ਚ ਆਏਗੀ ਜਿਵੇਂ ਕਿ ਐਨਾਲਿਸਿਸ ਪਤਾ ਚੱਲਦਾ ਹੈ। ਲਾਸਟ ਈਅਰ 2016 ਦੀ ਰਿਪੋਰਟ ਡਿਸੰਬਰ ਤੱਕ ਦੀ ਰਿਪੋਰਟ ਜਿਹੜੀ ਹੈ ਉਹ ਜਨਵਰੀ 'ਚ ਇੰਪਲੀਮੈਂਟ ਆਊਟ ਹੋਈ ਹੈ ਪਬਲਿਸ਼ ਹੋਈ ਹੈ ਉਹਦੇ ਹਿਸਾਬ ਨਾਲ ਸਾਡਾ ਕਰਪਸ਼ਨ ਦਾ ਸਥਰ ਵਧਿਆ ਕਿਉਂਕਿ ਸਾਡੀ ਰੈਂਕਿੰਗ ਗਿਰੀ ਆ ਸਾਡੀ ਰੈਂਕਿੰਗ 76 ਤੋਂ 79 ਆ ਗਈ ਆ 76 ਤੋਂ 79 ਤਿੰਨ ਸਥਰ ਨੀਚੇ ਗਿਰ ਗਈਆਂ ਸਾਡੀ ਰੈਂਕਿੰਗ ਥੱਲੇ ਗਿਰ ਗਈ ਮਤਲਬ ਸਾਡਾ ਕਰਪਸ਼ਨ ਵਧਿਆ ਅਤੇ ਇੱਕ ਸਾਲ ਦੇ ਵਿੱਚ ਕਰਪਸ਼ਨ 'ਚ ਇਜ਼ਾਫਾ ਹੋਇਆ ਵਧਿਆ ਉਹਦੇ ਵਧਾਅ ਹੋਇਆ ਠੀਕ ਹੈ। ਅਗਰ ਅਸੀਂ ਗੱਲ ਕਰੀਏ ਔਨ ਦਾ ਅਦਰ ਹੈਂਡ ਦੂਸਰੀ ਕੰਪਨੀ ਜਿਹੜਾ ਟੋਪ ਕਰ ਰਹੀਆਂ ਨੇ ਇਨ ਟਰਮਸ ਆਫ ਕਰਪਸ਼ਨ ਲੈਸ ਕੰਟਰੀਜ਼ ਔਰ ਲੀਸਟ ਕਰਪਟ ਕੰਟਰੀਜ਼ ਉਹਦੇ ਵਿੱਚ ਨਾਮ ਸਾਡਾ ਨਿਊਜ਼ੀਲੈਂਡ ਦਾ ਆਉਂਦਾ ਹੈ ਸਵੀਡਨ ਆਉਂਦਾ ਹੈ ਫਿਨਲੈਂਡ ਆਉਂਦਾ ਹੈ। ਤਾਂ ਇਹ ਕੰਟਰੀਜ਼ ਜਿਵੇਂ ਸਵੀਡਨ ਦਾ ਐਗਜ਼ਾਮਪਲ ਲਈਏ ਤਾਂ ਸਵੀਡਨ ਇਜ਼ ਮੋਰ ਦੈਨ 80% ਕੈਸ਼ਲੈਸ ਇਕੋਨਮੀ। ਹੁਣ ਇੱਥੋਂ ਅਸੀਂ ਲਿੰਕੇਜ ਕਰ ਸਕਦੇ ਹਾਂ ਕਿ ਕੈਸ਼ਲੈਸ ਇਕੋਨਮੀ ਜਿਹੜੀ ਆ ਕੈਸ਼ਲੈਸ ਇਕੋਨਮੀ ਦਾ ਫਾਇਦਾ ਇਹ ਵਾ ਕਿ ਉਹਦੇ 'ਚ ਕਰਪਸ਼ਨ ਘੱਟ ਹੋਏਗੀ। ਜਿਵੇਂ ਤੁਸੀਂ ਕੋਈ ਸਰਕਾਰੀ ਕੰਮ ਕਰਾਉਣਾ ਇਹਦੇ ਬਾਰੇ ਸਰਕਾਰ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਹਾਲੇ ਬਹੁਤ ਇਸ ਲੌਂਗ ਵੇ ਟੂ ਗੋ ਬਹੁਤ ਕੰਮ ਕਰਨਾ ਬਾਕੀ ਹੈ ਉਹਦੇ ਵਿੱਚ ਕਿ ਜੋ ਮੈਂ ਸਰਕਾਰੀ ਦਫ਼ਤਰ ਜਾ ਕੇ ਮੈਂ ਫੀਸ ਜਮ੍ਹਾਂ ਕਰਾਉਣੀ ਹੈ ਆਪਣਾ ਕੰਮ ਕਰਾਉਣਾ ਹੈ ਅਤੇ ਉਹ ਮੈਨੂੰ ਜਾਣ ਦੀ ਲੋੜ ਨਹੀਂ ਪੇਮੈਂਟ ਜਿਹੜੀ ਹੈ ਸਾਰੀ ਔਨਲਾਈਨ ਹੋਏਗੀ ਸੇ ਔਨਲਾਈਨ ਪੇਮੈਂਟ ਥਰੂ ਤੁਹਾਡੇ ਇੰਟਰਮੀਡੀਏਟ ਹਟ ਜਾਂਦੀ ਹੈ ਕੋਈ ਵਿੱਚ ਕੋਈ ਕੋਈ ਸ਼ਖਸ ਵਿੱਚ ਨਹੀਂ ਹੈਗਾ ਅਤੇ ਇਸ ਕਰਕੇ ਤੁਹਾਨੂੰ ਕਿੱਥੇ ਬ੍ਰਾਈਬ ਵਾਲੀ ਗੱਲ ਨਹੀਂ ਆਉਂਦੀ ਵਿੱਚ ਉਹਦੇ। ਲੇਕਿਨ ਫਿਰ ਸਵਾਲ ਇੱਥੇ ਉੱਠਦਾ ਹੈ ਕਿ ਕੀ ਬਿਨਾਂ ਡੀਮੋਨੇਟਾਈਜੇਸ਼ਨ ਦੇ ਇਸ ਪ੍ਰੋਸੈਸ ਨੂੰ ਡਿਜੀਟਲਾਈਜ਼ ਕਰਨਾ ਜਾਂ ਔਨਲਾਈਨ ਕਰਨਾ ਪੋਸੀਬਲ ਨਹੀਂ ਸੀ? ਕੀ ਜੋ ਡਿਜੀਟਲ ਇੰਡੀਆ ਦਾ ਇੱਕ ਮੂਵਮੈਂਟ ਚਲਾਇਆ ਗਿਆ ਹੈ ਹਿੰਦੁਸਤਾਨ ਦੇ ਵਿੱਚ ਡਿਜੀਟਲਾਈਜੇਸ਼ਨ ਦਾ ਮੂਵਮੈਂਟ ਚੱਲਿਆ ਡੀਮੋਨੇਟਾਈਜੇਸ਼ਨ ਦੇ ਬਾਅਦ ਕੀ ਉਹ ਬਿਨਾਂ ਡੀਮੋਨੇਟਾਈਜੇਸ਼ਨ ਤੋਂ ਪੋਸੀਬਲ ਨਹੀਂ ਸੀ? ਸਰਕਾਰਾਂ ਕੋਲ ਹੋਰ ਜਿਹੜੇ ਮਹਿਕਮੇ ਆ ਜਿਹੜੇ ਇੰਸਟੀਟਿਊਸ਼ਨਸ ਹੈਗੇ ਆ RBI ਹੈ ਇਹਨਾਂ ਕੋਲ ਆਪਣੀ ਪਾਵਰਸ ਹੈਗੀਆਂ ਐਜ਼ ਪਰ ਦੀ ਐਕਟ ਅਤੇ ਕੀ ਉਹ ਬਿਨਾਂ ਆਪਣੀ ਡੀਮੋਨੇਟਾਈਜੇਸ਼ਨ ਕੀਤੇ ਕਰੰਸੀ ਦੀ ਆਪਣੀ ਪਾਵਰ ਨੂੰ ਐਕਸੈਸ ਕਰਕੇ ਡਿਜੀਟਲ ਪੇਮੈਂਟ ਨੂੰ ਬੂਸਟਅਪ ਨਹੀਂ ਕਰ ਸਕਦੇ ਸੀਗੇ ਜੋ ਇਹਨਾਂ ਨੇ ਰੈਸਟ੍ਰਿਕਸ਼ਨ ਲਗਾ ਦਿੱਤੀਆਂ ਨੰਬਰ ਆਫ ਟ੍ਰਾਂਜੈਕਸ਼ਨ ਦੇ ਉੱਪਰ ਕਿ ਤੁਸੀਂ ਬੈਂਕਿੰਗ ਟ੍ਰਾਂਜੈਕਸ਼ਨ ਜਿਹੜੀ ਹੈ ਤੁਸੀਂ ਜੀ ਇਸ ਤੋਂ ਬਾਅਦ ਨਹੀਂ ਕਰੋਗੇ ਤਾਂ ਉਹ ਸਭ ਕੰਮ ਬਿਨਾਂ ਡੀਮੋਨੇਟਾਈਜੇਸ਼ਨ ਦੇ ਕੀ ਨਹੀਂ ਕੀਤੇ ਜਾ ਸਕਦੇ ਸੀਗੇ ਇਹ ਸਵਾਲ ਇੱਕ ਆਮ ਇਨਸਾਨ ਦੇ ਦਿਮਾਗ 'ਚ ਆਉਂਦੇ ਆ। ਅੱਛਾ ਇਹਦੇ ਵਿੱਚ ਇਹ ਵੀ ਗੱਲਾਂ ਆਉਂਦੀਆਂ ਕਿ ਡਿਜੀਟਲ ਪੇਮੈਂਟ ਨੂੰ ਪ੍ਰਮੋਟ ਕਰਨ ਵਾਸਤੇ ਕੀਤਾ ਗਿਆ ਪਰ ਗੌਰਮੈਂਟ ਨੇ ਭੀਮ ਐਪ ਨਾਮ ਦੀ ਹੋਰ ਕੁਝ ਐਪਲੀਕੇਸ਼ਨਸ ਵੀ ਬਣਾਈ RBI ਦੀ ਵੀ UPI ਆਈਆਂ ਅਤੇ ਕੀ ਅਸਲ ਦੇ ਵਿੱਚ ਅਸੀਂ ਇਹਨਾਂ ਐਪਲੀਕੇਸ਼ਨਸ ਨੂੰ ਉਹਨਾਂ ਯੂਜ਼ ਕਰ ਪਾਏ ਹਾਂ ਕੀ ਹੈ ਉਹਨਾਂ ਪਾਪੂਲਰ ਹੋ ਪਾਈਆਂ ਕਿਉਂਕਿ ਸ਼ਾਇਦ ਆਮ ਬੰਦੇ ਨੂੰ ਜਿਹੜਾ ਹੈਗਾ ਇਹ ਆਈਆਂ ਜ਼ਰੂਰ ਪਰ ਹਰ ਕੋਈ ਬੰਦਾ Paytm ਵੱਲ ਜ਼ਰੂਰ ਵੱਧਦਾ ਗਿਆ ਇੱਕ ਪ੍ਰਾਈਵੇਟ ਐਪ ਵੱਲ ਜ਼ਰੂਰ ਵੱਧਦਾ ਗਿਆ। ਅਗਰ ਅਸੀਂ ਕੰਪੇਅਰ ਕਰੀਏ ਜਾਂ ਡੀਮੋਨੇਟਾਈਜੇਸ਼ਨ ਹੋਈ ਸੀ ਉਸ ਟਾਈਮ Paytm ਕਾਫੀ ਪ੍ਰੈਵਲੈਂਟ ਸੀਗਾ ਲੋਕ ਥੋੜ੍ਹੇ ਬਹੁਤ ਯੂਜ਼ ਕਰਦੇ ਸੀਗੇ ਉਹਨੂੰ ਲੇਕਿਨ ਉਸ ਟਾਈਮ ਭੀਮ ਐਪ ਜਿਹੜੀ ਹੈ ਸਰਕਾਰ ਦੀ ਉਹ ਨਹੀਂ ਸੀਗੀ। ਜਾਂ ਡੀਮੋਨੇਟਾਈਜੇਸ਼ਨ ਕੀਤੀ ਗਈ ਸਰਕਾਰ ਫਿਰ ਉਸ ਡਿਜੀਟਲਾਈਜੇਸ਼ਨ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਫਿਰ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਸਰਕਾਰ ਦੀ ਤਰਫੋਂ ਵੀ ਕੋਈ ਐਸੀ ਐਪ ਹੋਣੀ ਚਾਹੀਦੀ ਹੈ ਜਿਹਦੇ ਥਰੂ ਲੋਕ ਡਿਜੀਟਲ ਪੇਮੈਂਟ ਕਰ ਸਕਣ ਇਸ ਕਰਕੇ ਭੀਮ ਲਾਂਚ ਕੀਤੀ ਗਈ। ਲੇਕਿਨ ਆਂਕੜੇ ਇਹ ਦੱਸਦੇ ਹੈ ਕਿ ਜੋ ਡੀਮੋਨੇਟਾਈਜੇਸ਼ਨ ਦੇ ਪਹਿਲੇ ਲੋਕ ਜਿੰਨੇ NEFT ਜਾਂ IMPS ਯੂਜ਼ ਕਰਦੇ ਸੀਗੇ ਅੱਜ ਦੇ ਟਾਈਮ 'ਚ ਵੀ ਇੱਕ ਸਾਲ ਬਾਅਦ ਲਗਭਗ ਉਹੀ ਸਤਰ ਆ ਗਿਆ। ਇੱਕ ਕੁਛ ਟਾਈਮ ਵਾਸਤੇ ਜਦ ਡੀਮੋਨੇਟਾਈਜੇਸ਼ਨ ਇੰਟਰੋਡਿਊਸ ਹੋਈ ਸੀਗੀ ਉਸ ਟਾਈਮ ਦੇ ਬਾਅਦ ਕੁਛ ਇਨਕਰੀਜ਼ ਆਇਆ ਸੀਗਾ ਡਿਜੀਟਲ ਪੇਮੈਂਟਸ ਦੇ ਵਿੱਚ ਲੇਕਿਨ ਉਹਦੇ ਬਾਅਦ ਫਿਰ ਉਹ ਡਾਊਨ ਆ ਗਿਆ। ਆਲਮੋਸਟ ਨਾਓ ਵੀ ਆਰ ਐਟ ਦ ਸੇਮ ਪਲੇਟਫਾਰਮ ਸੇਮ ਲੈਵਲ ਅੱਜ ਵੀ ਅਸੀਂ ਹੁਣ ਜਿਹੜਾ ਅਸੀਂ ਜ਼ਰੂਰ ਡਿਜੀਟਲ ਪੇਮੈਂਟ ਨੂੰ ਪ੍ਰਮੋਟ ਜ਼ਰੂਰ ਹੋਏ ਅਸੀਂ ਯੂਜ਼ ਕੀਤਾ ਪਰ ਵਾਪਸ ਅਸੀਂ ਕੈਸ਼ ਫਲੋ ਦੇ ਵਿੱਚ ਆ ਗਏ ਲਾ। ਹਾਂਜੀ ਬਿਲਕੁਲ ਅੱਜ ਵੀ ਅਸੀਂ ਕੈਸ਼ ਕਹਿੰਦੇ ਕਿ ਕੈਸ਼ ਇਜ਼ ਦ ਕਿੰਗ ਅੱਜ ਵੀ ਕੈਸ਼ ਹੀ ਕਿੰਗ ਹੈ ਡਿਜੀਟਲ ਪੇਮੈਂਟ ਕਿੰਗ ਨਹੀਂ ਹੈ ਡਿਜੀਟਲ ਪੇਮੈਂਟ। ਛੋਟੀ ਜਿਹੀ ਗੱਲ ਹੈ ਜੇ ਆਪਾਂ ਕਿਸੇ ਇੱਕ ਰੇਹੜੀ ਵਾਲੇ ਤੋਂ ਕੋਈ ਸਮਾਨ ਖਰੀਦਣਾ ਦੁਕਾਨਦਾਰ ਤੋਂ ਸਮਾਨ ਖਰੀਦਣਾ ਉਸ ਸਮੇਂ ਜਿਹੜਾ ਹੈਗਾ ਸਾਨੂੰ ਜਿਹੜਾ ਕੈਸ਼ ਦੇ ਨਾਲ ਹੀ ਤੁਰਨਾ ਪੈਂਦਾ ਸੀਗਾ ਜੀ ਕਿਉਂਕਿ ਜਦ ਕਰੰਸੀ ਵਾਪਸ ਇਕੋਨਮੀ ਦੇ ਵਿੱਚ ਉਹਦਾ ਫਲੋ ਹੋਣਾ ਸ਼ੁਰੂ ਹੋ ਗਿਆ ਰੀਮੋਨੇਟਾਈਜੇਸ਼ਨ ਦੇ ਥਰੂ ATM ਤੋਂ ਪੈਸੇ ਨਿਕਲਣੇ ਸ਼ੁਰੂ ਹੋ ਗਏ ਈਜ਼ੀਲੀ ਥੋੜ੍ਹੇ 50 ਦਿਨ ਦੇ ਬਾਅਦ 60 ਦਿਨ ਦੇ ਬਾਅਦ
ਔਰ ਬੈਂਕਾਂ ਤੋਂ ਨਿਕਲਣੇ ਸ਼ੁਰੂ ਹੋ ਗਏ ਅਤੇ ਫਿਰ ਲੋਕ ਵਾਪਸ ਉਹ ਕੈਸ਼ ਮੋਡ 'ਤੇ ਆ ਗਏ ਆ ਅਤੇ ਅੱਜ ਫਿਰ ਅਸੀਂ ਇੱਕ ਕੈਸ਼ ਡੋਮੀਨੇਟਿੰਗ ਅਸੀਂ ਹੈਗੇ ਹਾਂ, ਮੇਨ ਟ੍ਰਾਂਜੈਕਸ਼ਨ ਸਾਡੀ ਕੈਸ਼ ਵਿੱਚ ਹੋ ਰਹੀਆਂ। ਇਹਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਉਸ ਸਮੇਂ ਗੌਰਮੈਂਟ ਜਦੋਂ ਡਿਸੀਜ਼ਨ ਲਿਆ ਅਤੇ ਪਰ ਕਈ ਜੋ ਕਿ ਲੋਕਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮਸ ਆਈਆਂ ਸੀਗੀਆਂ ਆਪਣੇ ਨੋਟ ਜੋ ਕਿ ਡਿਪੋਜ਼ਿਟ ਕਰਾਉਣ ਵਾਸਤੇ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਈਨਾਂ ਸੀਗੀਆਂ, ATMs ਦੇ ਬਾਹਰ ਵੀ ਲੰਬੀਆਂ ਲੰਬੀਆਂ ਲਾਈਨਾਂ ਸੀਗੀਆਂ ਅਤੇ ਇਸ ਤਰ੍ਹਾਂ ਹੁੰਦਾ ਸੀਗਾ ਕਿ ਜੇ 15 ਬੰਦੇ ATM ਦੀ ਲਾਈਨ 'ਚ ਖੜ੍ਹੇ ਹੈਗੇ ਆ ਅਤੇ ਜਿਹੜਾ ਜਦੋਂ 15ਵੇਂ ਬੰਦੇ ਦਾ ਨੰਬਰ ਆਉਂਦਾ ਸੀਗਾ ਉਹ ਤਾਂ ATM ਮਸ਼ੀਨ ਦੇ ਵਿੱਚ ਜਿਹੜਾ ਹੈ ਕੈਸ਼ ਹੀ ਖਤਮ ਹੋ ਜਾਂਦਾ ਸੀਗਾ, ਉਹ ਵਿਚਾਰਾ 1-1.5 ਘੰਟਾ ਖੜ੍ਹਾ ਹੁੰਦਾ ਸੀਗਾ, ਕੈਸ਼ ਮੁੱਕ ਜਾਂਦਾ ਸੀਗਾ। ਸਭ ਤੋਂ ਵੱਡੀ ਪ੍ਰੋਬਲਮ ਐਂ ਆਉਂਦੀ ਸੀ ਕਿ 2000 ਦਾ ਨੋਟ ਗੌਰਮੈਂਟ ਨੇ ਬਣਾ ਤਾਂ ਦਿੱਤਾ ਪਰ ਉਹਨੂੰ ਕਈ ATM ਮਸ਼ੀਨ ਦੇ ਵਿੱਚੋਂ ਫਿੱਟ ਹੀ ਨਹੀਂ ਸੀ ਹੋ ਰਿਹਾ। ਇਸ ਦੇ ਬਾਰੇ ਥੋੜ੍ਹਾ ਤੁਸੀਂ ਜੀ, ਇਹਦੇ 'ਚ ਹੁਣ ਅਗਰ ਸਰਕਾਰ ਨੇ ਜਾਂ ਡੀਮੋਨੇਟੇਸ਼ਨ ਕੀਤਾ ਤਾਂ ਇਹ ਕਿਹਾ ਗਿਆ ਕਿਉਂਕਿ ਕੁਝ ਪਾਰਟੀਜ਼ ਨੇ ਜਿਹੜੀ ਅਪੋਜੀਸ਼ਨ ਪਾਰਟੀਜ਼ ਨੇ ਜਾਂ ਕੋਮਨ ਮੈਨ ਕਈ ਇਕੋਨਮਿਸਟ ਵੀ ਹੈ, ਇਹਨਾਂ ਨੇ ਕਿਹਾ ਵੀ ਦਿਸ ਵਾਜ਼ ਨੋਟ ਅ ਪਲੈਨਡ ਡਿਸੀਜਨ। ਉਹਦੇ ਉੱਪਰ ਸਾਡੇ ਮਾਨਨੀਏ ਵਿੱਤ ਮੰਤਰੀ ਅਰੁਣ ਜੇਟਲੀ ਜੀ ਨੇ ਵੀ ਸਫਾਈ ਦਿੱਤੀ ਕਿ ਨਹੀਂ, ਇਹਦੇ ਉੱਪਰ ਪਿਛਲੇ 6 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ। ਠੀਕ ਹੈ, ਕਰੰਸੀ ਦੀ ਪ੍ਰਿੰਟਿੰਗ ਚੱਲ ਰਹੀ ਸੀ, 500 ਦੇ ਨੋਟ ਛਾਪ ਰਹੇ ਸੀ, 2000 ਦੇ ਨੋਟ ਛਾਪ ਰਹੇ ਸੀਗੇ। ਅਗਰ ਆਲਰੇਡੀ ਪਲੈਨਡ ਸੀ ਸਭ ਕੁਝ ਤਾਂ ਇਹਨੂੰ ਪਲੈਨਿੰਗ ਦਾ ਪਾਰਟ ਕਿਉਂ ਨਹੀਂ ਲਿੱਤਾ ਗਿਆ ਕਿ ਜਦ ਅਸੀਂ ਨੋਟਾਂ ਦਾ ਸਾਈਜ਼ ਚੇਂਜ ਕਰ ਰਹੇ ਹਾਂ ਤਾਂ ਕੀ ਸਾਨੂੰ ATM ਦੇ ਵਿੱਚ ਮਸ਼ੀਨ 'ਚ ਨੋਟ ਪਾਉਣ ਅਤੇ ਕੱਢਣ 'ਚ ਪ੍ਰੋਬਲਮ ਨਹੀਂ ਆਏਗੀ? ਇੱਥੇ ਇਹਨਾਂ ਤੋਂ ਬਹੁਤ ਵੱਡੀ ਚੂਕ ਹੋਈ ਆ। ਸ਼ੋਰਟੇਜ ਆਫ ਜੋ ਕਿ ਸ਼ੋਰਟੇਜ ਵੀ ਬੜੀ ਰਹੀ ਨੋਟਾਂ ਦੀ, ਬਿਲਕੁਲ, ਕਿਉਂਕਿ ਜੋ ਜਿੰਨਾ ਇਹਨਾਂ ਨੇ ਅਮਾਊਂਟ ਆਫ ਮਨੀ ਸਰਕੂਲੇਸ਼ਨ ਸੀਗੀ ਉਹਨੂੰ ਇਹਨਾਂ ਨੇ ਜਦ ਵਿਦਡਰਾਅ ਕੀਤਾ ਹੈ, ਸਕਆਊਟ ਕੀਤੀ ਹੈ ਲਿਕੁਇਡਿਟੀ, ਅਤੇ ਉਹਨੂੰ ਰੀਫਿਲ ਕਰਨ ਵਾਸਤੇ ਵੀ ਇਹਨਾਂ ਕੋਲ ਮੌਜੂਦ ਉਸ ਟਾਈਮ 'ਚ ਉਨੀ ਕਰੰਸੀ ਹੋਣੀ ਚਾਹੀਦੀ ਸੀਗੀ ਤਾਂ ਕਿ ਲੋਕਾਂ ਨੂੰ ਪੂਰਾ ਪੂਰਾ ਦਿਨ ਘੰਟੋਂ ਜਿਹੜਾ ਹੈ ਉਹ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਖੜ੍ਹੇ ਹੋ ਕੇ ਲਾਈਨਾਂ ਦੇ ਵਿੱਚ ਨਾ ਲੱਗਣਾ ਪਵੇ। ਤੁਹਾਨੂੰ ਪਤਾ ਹੋਣਾ TV ਚੈਨਲ 'ਤੇ ਵੀ ਕਾਫੀ ਹੈ, ਲਗਭਗ 100 ਤੋਂ ਜ਼ਿਆਦਾ ਲੋਕਾਂ ਨੇ ਆਪਣੀ ਜ਼ਿੰਦਗੀ ਗਵਾਈ ਆ ਡੀਮੋਨੇਟੇਸ਼ਨ ਦੇ ਕਾਰਨ। ਉਹਨੂੰ ਹੁਣ ਤੁਸੀਂ ਕਿਸੇ ਪੱਖ ਤੋਂ ਲੈ ਸਕਦੇ ਹੋ, ਕਈ ਪੋਲੀਟਿਕਸ ਪਾਰਟੀ ਕਹਿ ਦਿੰਦੀ ਹੈ, ਰੂਲਿੰਗ ਪਾਰਟੀ ਕਹਿ ਦੇ ਕਿ ਜਿਹਨੀ ਉਹ ਤਾਂ ਡੀਮੋਨੇਟੇਸ਼ਨ ਦਾ ਕੋਈ ਰੋਲ ਨਹੀਂ ਹੈ, ਲੇਕਿਨ ਇੱਕ ਬੰਦਾ ਅਗਰ ਲਾਈਨ 'ਚ ਖੜ੍ਹਾ ਹੋਇਆ ਉਹ ਡਿੱਗ ਜਾਂਦਾ ਹੈ ਆਲ ਆਫ ਅ ਸਡਨ ਐਂਡ ਹੀ ਇਜ਼ ਟੇਕਨ ਟੂ ਹੋਸਪਿਟਲ ਐਂਡ ਹੀ ਇਜ਼ ਡਿਕਲੇਅਰ ਡੈਡ, ਅਤੇ ਉਹਨੂੰ ਤੁਸੀਂ ਫਿਰ ਡੀਮੋਨੇਟੇਸ਼ਨ ਦੇ ਕਾਰਨ ਹੀ ਡੈਥ ਕਹੋਗੇ ਜਾਂ ਉਹਨੂੰ ਨੈਚੁਰਲ ਡੈਥ ਕਹੋਗੇ? ਉਹ ਇੱਕ ਡਿਬੇਟੇਬਲ ਟੋਪਿਕ ਹੈ। ਸੋ ਸਰਕਾਰ ਤੋਂ ਚੂਕ ਇਹ ਹੋਈ ਕਿ ਇੰਪਲੀਮੈਂਟੇਸ਼ਨ 'ਚ ਕਮੀ ਰਹੀ, ਅਗਰ ਪਹਿਲੇ ਹੀ ਕੈਲੀਬਰੇਟ ਕਰ ਦਿੱਤੀ ਜਾਂਦੀਆਂ ATM ਮਸ਼ੀਨਸ ਤਾਂ ਮੇਰੇ ਖਿਆਲ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਣੀ ਸੀ, ਨੰਬਰ 1। ਨੰਬਰ 2, ਸਫੀਸ਼ੀਐਂਟ ਲੈਵਲ ਆਫ ਕੈਸ਼ ਅਗਰ ਹੋ ਜਾਂਦਾ ਮੌਜੂਦ ਇਹਨਾਂ ਕੋਲ ਤਾਂ ਡੀਮੋਨੇਟੇਸ਼ਨ ਅਗਰ ਕਰਨੀ ਵੀ ਸੀ ਤਾਂ ਕਰਦੇ, ਤਾਂ ਸ਼ਾਇਦ ਲੋਕਾਂ ਨੂੰ ਇੰਨੀ ਪ੍ਰੋਬਲਮ ਨਾ ਆਉਂਦੀ। ਤਾਂ ਉਹ ਚੀਜ਼ 'ਚ ਸਰਕਾਰ ਤੋਂ ਜ਼ਰੂਰ ਕੋਈ ਚੂਕ ਹੋਈ ਆ। ਯਾਨੀ ਕਿ ਅਗਲੇ ਜਿਹੜੇ ਕੁਛ ਪੁਆਇੰਟਸ ਹੈ ਉਹਦੇ ਬਾਰੇ ਵਿੱਚ ਡਿਸਕਸ ਕਰਾਂਗੇ, ਕਈ ਫੈਕਟਰਸ ਤੁਸੀਂ ਦੱਸ। ਹਾਂਜੀ, ਤਾਂ ਜਿਵੇਂ ਅਸੀਂ ਗੱਲ ਕੀਤੀ, 4 ਮੇਨ ਮੁੱਖ ਕਾਰਨ ਸੀਗੇ ਜਿਹਦੇ ਕਾਰਨ ਇਹਨਾਂ ਨੇ ਸਫਾਈ ਦਿੱਤੀ ਸਰਕਾਰ ਨੇ ਕਿ ਇਹ 4 ਕਾਰਨਾਂ ਕਰਕੇ ਅਸੀਂ ਜਿਹੜੀ ਹੈ ਡੀਮੋਨੇਟੇਸ਼ਨ ਕੀਤੀ, ਸਾਨੂੰ ਫਾਇਦੇ ਹੋਣਗੇ। ਅਤੇ ਉਹਦੇ 'ਚ ਅਸੀਂ ਇੱਕ ਡਿਸਕਸ ਕੀਤਾ ਹੈ ਬਲੈਕ ਮਨੀ, ਬਲੈਕ ਮਨੀ ਦੇ ਵਿੱਚ ਕਰਪਸ਼ਨ ਪੁਆਇੰਟ ਇੰਕਲੂਡ ਆ ਗਿਆ ਸਾਡਾ। ਹੁਣ ਅਗਲਾ ਹੈ ਟੈਰਰਿਜ਼ਮ ਦੀ ਗੱਲ ਅਗਰ ਅਸੀਂ ਕਰੀਏ, ਤਾਂ ਟੈਰਰਿਜ਼ਮ 'ਚ ਵੀ ਆਪ ਜੀ ਨੇ ਦੇਖਿਆ ਹੋਏਗਾ ਡੀਮੋਨੇਟਾਈਜੇਸ਼ਨ ਦੇ ਦੌਰਾਨ ਹੀ ਜੋ 50 ਦਿਨ ਸੀਗੇ ਉਸ ਦੌਰਾਨ ਹੀ ਜਦ ਕੈਸ਼ ਮੁਹੱਈਆ ਕਰਾਇਆ ਜਾ ਰਿਹਾ ਸੀ ਬੈਂਕਾਂ ਦੇ ਵਿੱਚ, ਜੰਮੂ ਕਸ਼ਮੀਰ ਦੇ ਬੈਂਕ ਦੇ ਉੱਪਰ ਟੈਰਰਿਸਟ ਅਟੈਕ ਕਰਦੇ ਨੇ, ਪੈਸਾ ਲੁੱਟ ਲੈਂਦੇ ਨੇ, ਉਹਦੇ ਬਾਅਦ ਫਿਰ ਕੁਝ ਦਿਨ ਬਾਅਦ ਦੁਬਾਰਾ ਟੈਰਰਿਸਟ ਅਟੈਕ ਹੋ ਜਾਂਦਾ ਹੈ ਜਿਹਦੇ ਲੋਕ ਆਪਣੀ ਜਾਨ ਗਵਾਉਂਦੇ ਆ, ਅਤੇ ਜਦ ਉਹ ਟੈਰਰਿਸਟ ਮਾਰੇ ਜਾਂਦੇ ਆ ਤਾਂ ਪਤਾ ਚੱਲਦਾ ਉਹਨਾਂ ਕੋਲ ਸਾਡੀ ਨਿਊ ਕਰੰਸੀ ਮਿਲੀ ਆ। ਸੋ ਕਿੱਥੇ ਟੈਰਰਿਜ਼ਮ ਦੇ ਉੱਪਰ ਫੁੱਲ ਸਟੋਪ ਲੱਗ ਪਾ ਰਿਹਾ ਹੈ, ਇਹ ਉਹ 50 ਦਿਨਾਂ ਦੇ ਵਿੱਚ ਵੀ ਕਲੀਅਰ ਹੋਣਾ ਸ਼ੁਰੂ ਹੋ ਗਿਆ ਸੀਗਾ। ਅਗਰ ਅਸੀਂ ਸਟੈਟਿਸਟਿਕਸ ਦੇਖੀਏ ਤਾਂ ਜੂਨ 2017 ਤੱਕ ਇੰਸਟੀਟਿਊਟ ਆਫ ਕੌਨਫਲਿਕਟ ਮੈਨੇਜਮੈਂਟ ਡੈਲੀ ਇੱਕ ਪੋਰਟਲ ਮੈਨੇਜ ਕਰਦਾ ਹੈ, ਉਹਨਾਂ ਨੇ ਦੱਸਿਆ ਹੈ ਉਹਦੇ ਵਿੱਚ ਕਿ ਬਈ ਟੈਰਰਿਜ਼ਮ ਦੇ ਵਿੱਚ ਲੋਕਾਂ ਨੇ 165% ਲੋਕਾਂ ਨੇ ਆਪਣੀ ਜਾਨ ਗਵਾਈ ਹੈ, ਜਿਹੜੇ ਉੱਧਰ ਦੇ ਸਿਵਿਲੀਅਨ ਹੈ, ਸਿਵਿਲੀਅਨ ਡੈਥ 165% ਵਧੀ ਆ ਪਿਛਲੇ ਇੱਕ ਸਾਲ ਦੇ ਵਿੱਚ, ਜੂਨ 2017 ਤੱਕ ਦਾ ਡੇਟਾ ਹੈਗਾ। ਤਾਂ ਹੋਰ ਦੇਖ ਵੀ ਰਹੇ ਹਾਂ ਅਸੀਂ, ਐਵਰੀ ਅਦਰ ਡੇ ਦੇਰ ਇਜ਼ ਐਨ ਅਟੈਕ, ਟੈਰਰਿਸਟ ਅਟੈਕ ਇਨ ਜੰਮੂ ਐਂਡ ਕਸ਼ਮੀਰ ਔਰ ਐਨੀ ਅਦਰ ਪਾਰਟ ਦਾ। ਟੈਰਰਿਸਟ ਅਟੈਕ ਜਿਹੜੇ ਉਹ ਨਹੀਂ ਰੁਕ ਪਾ ਰਹੇ ਹੈਗੇ, ਉਹ ਹਜੇ ਵੀ ਜਾਰੀ ਜੀ, ਉਹ ਨਹੀਂ ਰੁਕ ਪਾ ਰਹੇ ਹੈ। ਅਤੇ ਇਸ ਤਰ੍ਹਾਂ ਸਾਨੂੰ ਇਹ ਅੰਦੇਸ਼ਾ ਦਿੰਦਾ ਹੈ, ਸਾਨੂੰ ਇਹ ਦਰਸਾਉਂਦਾ ਹੈ ਕਿ ਵੀ ਟੈਰਰਿਜ਼ਮ ਦੇ ਵਿੱਚ ਵੀ ਅਸੀਂ ਇਹਨੂੰ ਕੰਟਰੋਲ ਕਰਨ 'ਚ ਕਾਮਯਾਬ ਨਹੀਂ ਹੋ ਪਾਏ ਜਿੱਥੇ ਤੱਕ ਡੀਮੋਨੇਟੇਸ਼ਨ ਦੀ ਗੱਲ ਕਰੀਏ ਅਸੀਂ। ਅਤੇ ਕਰਪਸ਼ਨ ਦੇ ਵਿੱਚ ਵੀ ਅਸੀਂ ਫੇਲ ਹੋ ਗਏ, ਸਾਡਾ ਸਤਰ ਨੀਚੇ ਗਿਰ ਗਿਆ ਕਰਪਸ਼ਨ ਦੇ ਵਿੱਚ, ਔਰ ਅਗਰ ਅਸੀਂ ਟੈਰਰਿਜ਼ਮ ਦੀ ਗੱਲ ਕਰੀਏ ਉੱਥੇ ਵੀ ਨਾਕਾਮਯਾਬ ਹੋ ਗਿਆ ਸੀ। ਉਹਦੇ ਬਾਅਦ ਅਸੀਂ ਗੱਲ ਕਰਨੇ ਹੈ ਆਪਣੀ ਕਾਊਂਟਰਫੀਟ ਕਰੰਸੀ ਦੀ, ਕਾਊਂਟਰਫੀਟ ਕਰੰਸੀ ਯਾਨੀ ਫੇਕ ਕਰੰਸੀ। ਫੇਕ ਕਰੰਸੀ, ਨਵੀਂ ਕਰੰਸੀ ਆਉਣ ਦੇ ਬਾਅਦ ਵੀ ਫੇਕ ਕਰੰਸੀ ਮਾਰਕੀਟ ਵਿੱਚ ਪ੍ਰੈਵਲੈਂਟ ਹੈ, ਮਾਰਕੀਟ ਵਿੱਚ
ਲੋਕਾਂ ਨੇ ਚਲਾਈ, ਹੋਰ ਕਈ ਫੜੇ ਵੀ ਗਏ। ਆਪ ਜੀ ਨੂੰ ਪਤਾ ਹੋਣਾ ਨਿਊਜ਼ 'ਚ ਕਾਫੀ ਆਇਆ ਸੀਗਾ, ਕਈ ਲੋਕਾਂ ਨੇ ਫੇਕ ਕਰੰਸੀ ਛਾਪਦੇ ਹੋਏ ਫੜੇ ਗਏ, ਕਈਆਂ ਨੇ ਹੋਰ ਕੁਝ ਨਹੀਂ ਤਾਂ ਜ਼ੀਰੋਕਸ ਹੀ ਕਰਨੀ ਘਰ ਸ਼ੁਰੂ ਕਰਤੀ ਕਲਰਡ ਵਾਲੀ। ਕਿਉਂਕਿ ਪ੍ਰੋਬਲਮ ਹੈ ਵੀ ਜਦ ਨਵੀਂ ਕਰੰਸੀ ਆ ਗਈ ਹੈ ਮਾਰਕੀਟ ਦੇ ਵਿੱਚ ਤਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਫੀਚਰ ਕੀ ਹੈ, ਅਤੇ ਇੱਕ ਜਿਹੜਾ ਐਜੂਕੇਟਿਡ ਪਰਸਨ ਹੈ ਉਹ ਫਿਰ ਵੀ ਕਿੱਥੋਂ ਪੜ੍ਹ ਲੈਂਦਾ, ਇੰਟਰਨੈਟ 'ਤੇ ਦੇਖ ਲਏਗਾ, ਉੱਥੋਂ ਸਮਝ ਲਏਗਾ ਕਿ ਕੀ ਫੀਚਰ ਹੈ। ਲੇਕਿਨ ਇੱਕ ਲੇ ਮੈਨ ਨੂੰ ਐਗਜ਼ਾਮਪਲ ਦੇਣਾ ਮੈਂ ਆਪ ਜੀ ਨੂੰ ਕਿ ਕੁਝ ਦਿਨ ਪਹਿਲੇ ਹੀ ਮੈਂ ਮਾਰਕੀਟ 'ਚੋਂ ਐਪਲ ਲੈ ਰਿਹਾ ਸੀ, ਅਤੇ ਮੇਰੇ ਨਾਲ ਇੱਕ ਹੋਰ ਪਰਸਨ ਸੀਗਾ ਜਿਹਨੇ ਐਪਲ ਲਿੱਤੇ ਸੀਗੇ, ਕੋਈ ਅਨਨੋਨ ਸੀ, ਅਤੇ ਉਹਨੇ ਪੇਮੈਂਟ ਕੀਤੀ ਐਪਲ ਵਾਲੇ ਨੂੰ 500 ਦਾ ਨੋਟ ਦੀ, ਉਹ ਨਵੀਂ ਕਰੰਸੀ ਸੀਗਾ ਓਬਵੀਅਸਲੀ। ਲੇਕਿਨ ਉਹਨੂੰ ਐਪਲ ਵਾਲੇ ਨੂੰ ਡਾਊਟ ਹੋਇਆ ਕਿ ਇਹ ਨੋਟ ਸ਼ਾਇਦ ਜੈਨੂਅਨ ਨਹੀਂ ਹੈ, ਕਿਉਂਕਿ ਉਹਨੂੰ ਸ਼ਾਇਦ ਇੱਕ ਅੱਧਾ ਫੀਚਰ ਹੀ ਪਤਾ ਸੀ। ਉਹਨੇ ਉਹ ਫੀਚਰ ਚੈੱਕ ਕੀਤਾ, ਉਹਨੂੰ ਮੁਸ਼ਕਿਲ ਲੱਗਿਆ ਉਹ ਫੀਚਰ, ਅਤੇ ਉਹ ਕਹਿੰਦਾ ਸਰ ਇਹ ਨੋਟ ਤੋਂ ਆਪ ਘਰ ਠੀਕ ਨਹੀਂ ਲੱਗ ਰਹਾ, ਮੈਂ ਚੇਂਜ ਕਰ ਦਿਉ। ਤਾਂ ਫਿਰ ਉਹਦੀ ਮੈਂ ਕਿਹਾ ਵੀ ਮੈਨੂੰ ਦਿਖਾ ਕੀ ਪ੍ਰੋਬਲਮ ਹੈ ਨੋਟ ਦੇ ਵਿੱਚ, ਤਾਂ ਮੈਂ ਚੈੱਕ ਕੀਤਾ ਅਤੇ ਮੈਂ ਕਿਹਾ ਵੀ ਨਹੀਂ ਨੋਟ ਤੇਰਾ ਠੀਕ ਹੈ, ਮੈਂ ਕਿਹਾ ਨੋਟ ਥੋੜ੍ਹਾ ਜਿਹਾ ਪੁਰਾਣਾ ਹੋਣ ਕਰਕੇ ਘਿਸ ਗਿਆ, ਲੇਕਿਨ ਬਾਕੀ ਜਿਹੜੇ ਸਿਕਿਉਰਿਟੀ ਫੀਚਰਸ ਹੈਗੇ ਆ ਉਹ ਇਹਦੇ 'ਚ ਮੌਜੂਦ ਆ, ਅਤੇ ਇਹ ਨੋਟ ਬਿਲਕੁਲ ਠੀਕ ਹੈ ਤੂੰ ਰੱਖ ਲੈ। ਅਤੇ ਉਹ ਬੰਦਾ ਭਾਰਤ ਤੋਂ ਚਲਾ ਗਿਆ ਸੀਗਾ, ਅਤੇ ਕਹਿਣ ਦਾ ਮਤਲਬ ਹੈ ਕਿ ਇੱਕ ਜਿਹੜਾ ਲੋਅਰ ਕਲਾਸ ਹੈ ਉਹਨਾਂ ਨੂੰ, ਜਿਨ੍ਹਾਂ ਨੂੰ ਨਾ ਤਾਂ ਡਿਜੀਟਲ ਪੇਮੈਂਟ ਦਾ ਇੰਨਾ ਪਤਾ, ਨਾ ਉਹਨਾਂ ਨੂੰ ਕਰੰਸੀ ਨਵੀਂ ਦੇ ਫੀਚਰਸ ਦਾ ਪਤਾ, ਅਤੇ ਉਹਨਾਂ ਵਾਸਤੇ ਬਹੁਤ ਵੱਡਾ ਚੈਲੰਜ ਹੈ। ਹੁਣ ਉਹਦੇ ਵਿੱਚ ਅਗਰ ਕੱਲ੍ਹ ਨੂੰ ਕੋਈ ਫੇਕ ਕਰੰਸੀ ਛਾਪ ਦਿੰਦਾ, ਉਹ ਇੰਟਰੋਡਿਊਸ ਕਰਦਾ ਮਾਰਕੀਟ 'ਚ, ਅਤੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਪ੍ਰੋਬਲਮ ਹੈ ਆਈਡੈਂਟੀਫਾਈ ਕਰਨਾ। ਜਿਵੇਂ ਪ੍ਰੈਕਟੀਕਲੀ ਤੁਹਾਨੂੰ ਮੈਂ ਗੱਲ ਦੱਸਾਂ, ਹੁਣ ਮਾਰਕੀਟ ਦੇ ਵਿੱਚ ਥੋੜ੍ਹੇ ਟਾਈਮ ਪਹਿਲੇ 50 ਦੇ ਹੋਰ ਜਿਹੜੇ ਨੋਟ, ਹੋਰ 200 ਦੇ ਜਿਹੜੇ ਨੋਟ ਵੀ ਆਏ ਹੈਗੇ। ਜੀ 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 ਹਾਂਜੀ, ਕਿੰਨਾ ਟਾਈਮ ਪਹਿਲੇ 96 ਆਏ ਅੰਦਾਜ਼ਨ ਹੋ ਗਿਆ? ਅੰਦਾਜ਼ਨ ਇੱਕ ਮਹੀਨਾ ਲਗਭਗ ਹੋ ਗਿਆ ਹੋਣਾ ਜੀ। ਇੱਕ ਮਹੀਨਾ ਹੋ ਗਿਆ, ਪਰ ਮੈਂ ਇੱਥੇ ਤੁਹਾਨੂੰ ਕਲੀਅਰ ਕਰ ਦਵਾਂ ਕਿ ਇੱਕ ਮਹੀਨਾ ਹੋ ਗਿਆ, ਮੈਂ ਵੀ ਹੁਣ ਨਵਾਂ 50 ਦਾ ਅਤੇ 200 ਦਾ ਨੋਟ ਹਜੇ ਤੱਕ ਮੈਂ ਵੀ ਨਹੀਂ ਦੇਖਿਆ, ਅਤੇ ਮੈਨੂੰ ਵੀ ਨਹੀਂ ਪਤਾ, ਇੰਟਰਨੈਟ 'ਤੇ ਔਰ ਵਟਸਐਪ 'ਤੇ ਜ਼ਰੂਰ ਦੇਖਿਆ, ਅਤੇ ਸ਼ਾਇਦ ਮੈਂ ਵੀ ਇਹਦੇ ਵਿੱਚ ਹੁਣ ਮੈਨੂੰ ਪਤਾ ਨਹੀਂ, ਅਤੇ ਮੈਨੂੰ ਭਾਵੇਂ ਉਹ 50 ਦੇ ਔਰ 200 ਦਾ ਨੋਟ ਭਾਵੇਂ ਕੋਈ ਜੇ ਫੇਕ ਵੀ ਫੜਾ ਜਾਏਗਾ ਨਾ ਉਹ ਕਲਰ, ਕਿਉਂਕਿ ਥੋੜ੍ਹੇ ਇਹਨਾਂ ਦੇ ਕਲਰ ਵੀ ਜਿਹੜੇ ਹੈਗੇ ਥੋੜ੍ਹੇ ਕਲਰਫੁੱਲ ਹੈਗੇ, ਅਤੇ ਮੈਨੂੰ ਸ਼ਾਇਦ ਜੇ ਫੇਕ ਵੀ ਫੜਾ ਦੇਗਾ ਤਾਂ ਮੈਂ ਸ਼ਾਇਦ ਸਮਝ ਨਹੀਂ ਪਾਵਾਂਗਾ ਜਲਦੀ ਉਹਨੂੰ। ਅਤੇ ਜੇ ਇੱਕ ਮੇਰੇ ਵਰਗੇ ਪੜ੍ਹੇ ਲਿਖੇ ਇਨਸਾਨ ਨਾਲ ਇਹ ਪ੍ਰੋਬਲਮ ਆ ਸਕਦੀ ਹੈ, ਅਤੇ ਇੱਕ ਆਮ ਅਨਪੜ੍ਹ ਗਰੀਬ ਇਨਸਾਨ ਵਾਸਤੇ ਉਹਨੇ ਵਾਸਤੇ ਸ਼ਾਇਦ ਕਿੰਨੀ ਪ੍ਰੋਬਲਮ? ਬਿਲਕੁਲ ਬਿਲਕੁਲ ਪ੍ਰੋਬਲਮ ਹੈ ਜੀ। ਇਨਫੈਕਟ ਕਿਉਂਕਿ ਇਹਨਾਂ ਨੇ ਲਾਂਚ ਕਰ ਦਿੱਤਾ ਹੈ, ਗਵਰਨਮੈਂਟ ਨੇ RBI ਨੇ ਲਾਂਚ ਕਰ ਦਿੱਤਾ ਹੈ, ਲੇਕਿਨ ਹਾਲ ਤੱਕ ਉਹਦਾ ਸਰਕੂਲੇਸ਼ਨ ਇੰਨਾ ਨਹੀਂ ਹੈ ਕਿ ਉਹ ਲੋਕਲੀ ਅਵੇਲੇਬਲ ਹੋਣ ਨੋਟਸ, ਅਤੇ ਡੈਫੀਨੇਟਲੀ ਬਹੁਤ ਬੜਾ ਚੈਲੰਜ ਹੈਗਾ, ਕਿਉਂਕਿ ਇੰਡੀਆ ਦੀ ਅੱਜ ਵੀ ਲਿਟਰੇਸੀ ਰੇਟ ਦੇਖੋਗੇ ਤੁਸੀਂ, ਤਾਂ ਲਿਟਰੇਸੀ ਰੇਟ ਓਨਾ ਨਹੀਂ ਹੈ ਕਿ ਜਿਹਦੇ 'ਚ ਹਰ ਇਨਸਾਨ ਜਿਹੜਾ ਹੈ ਉਹ ਈਜ਼ੀਲੀ ਡਿਜੀਟਲ ਪੇਮੈਂਟ ਨੂੰ ਅਡੈਪਟ ਕਰ ਸਕੇ ਜਾਂ ਫਿਰ ਉਹ ਇਸ ਤਰ੍ਹਾਂ ਦੇ ਨੋਟ ਦੇ ਫੀਚਰਸ ਤੋਂ ਪਤਾ ਕਰ ਸਕੇ, ਅਤੇ ਦੇ ਫੀਲ ਚੀਟਿਡ ਜਦ ਉਹਨਾਂ ਨੂੰ ਨਕਲੀ ਨੋਟ ਹੁੰਦਾ। ਇਨਫੈਕਟ RBI ਦੀ ਪ੍ਰਿੰਟਿੰਗ ਦੀ ਤਰਫੋਂ ਹੀ, ਪ੍ਰਿੰਟਿੰਗ ਪ੍ਰੈਸ ਵੱਲੋਂ ਹੀ ਕਾਫੀ ਪ੍ਰੋਬਲਮਸ ਸਾਹਮਣੇ ਆਈਆਂ ਸੀਗੀਆਂ, ਕਿਉਂਕਿ ਜਿਹੜੀ ਅਸੀਂ ਉਹਦੇ 'ਚ ਸਿਕਿਉਰਿਟੀ ਅਸੀਂ ਜਿਹੜੀ ਸਟ੍ਰਿਪ ਪਾਈ ਦੀ ਹੈ, RBI ਜਿਹੜਾ ਸਟ੍ਰਿਪ ਆਉਂਦਾ ਉਹ ਸਟ੍ਰਿਪ ਦੀ ਪੋਜੀਸ਼ਨਿੰਗ ਨੂੰ ਲੈ ਕੇ, ਫਿਰ ਉਹਦੇ ਬਾਅਦ ਗਾਂਧੀ ਜੀ ਦੀ ਫੋਟੋ ਜਿਹੜੀ ਉਹਦੇ 'ਚ ਆਉਂਦੀ ਹੈ ਨੋਟ ਦੇ ਵਿੱਚ, ਪ੍ਰਿੰਟਿੰਗ ਹੈ ਉਹਦੀ ਫੋਟੋ ਨੂੰ ਲੈ ਕੇ, ਉਸ ਫੋਟੋ ਨੂੰ ਲੈ ਕੇ RBI ਤਰਫੋਂ ਕਾਫੀ ਮਿਸਟੇਕਸ ਹੋਈਆਂ, ਅਤੇ ਲੋਕਾਂ ਦੇ RBI ਦੇ ਛਾਪੇ ਹੋਏ ਨੋਟਾਂ 'ਤੇ ਹੀ ਲੋਕਾਂ ਨੇ ਸਵਾਲੇ ਨਿਸ਼ਾਨ ਲਗਾ ਦਿੱਤਾ ਕਿ ਵੀ ਇਹ ਨੋਟ ਨਕਲੀ ਹੈ। ਲੇਕਿਨ ਜਦ ਉਹ ਬੈਂਕ ਲੈ ਜਾਏ ਗਏ, ਅਤੇ ਨਿਊਜ਼ ਵਿੱਚ ਸਾਰਾ ਦਿਖਾਇਆ ਗਿਆ ਕਿ ਬੈਂਕ ਲੈ ਕੇ ਗਏ ਗਏ, ਅਤੇ ਬੈਂਕਾਂ ਨੇ ਫਿਰ ਕਨਫਰਮ ਕੀਤਾ ਕਿ ਨਹੀਂ ਜੀ ਇਹ ਨੋਟ ਅਸਲੀ ਹੈ, ਅਤੇ ਉਹਨੇ ਤਰਫੋਂ ਵੀ ਪ੍ਰਿੰਟਿੰਗ 'ਚ ਕਾਫੀ ਲੈਕਿਊਨੇਸ, ਕਾਫੀ ਗੈਪਸ ਰਹੇ। ਆਪਾਂ ਸਮਝ ਸਕਦੇ ਕਿ ਕਾਫੀ ਜਲਦਬਾਜ਼ੀ ਦੇ ਵਿੱਚ ਇਹ ਚੀਜ਼ਾਂ ਕੀਤੀ ਜਾ ਰਹੀ ਸੀ, ਤਾਂ ਸ਼ਾਇਦ ਜਦੋਂ ਉਹ ਕਾਫੀ ਜਦੋਂ ਕੰਮ ਤੇਜ਼ ਹੁੰਦਾ ਨਾ, ਤੇ ਇੱਕ ਅੱਧੀ ਚੀਜ਼ ਖਰਾਬ ਕੁਛ ਵੀ ਉਹ ਪੀਸ ਮੇ ਨਿਕਲਣਾ ਸ਼ੁਰੂ ਹੋ ਜਾਂਦੇ ਆ, ਤੇ ਪਰ ਉਹਦੇ ਨਾਲ ਇਹ ਰਿਹਾ ਕਿ ਜੀ ਹੁਣ ਅਸੀਂ ਜੇ ਮੈਂ ਅੱਜ 50 ਔਰ 200 ਦੇ ਨੋਟ ਨੂੰ ਨਹੀਂ ਜਾਂਦਾ, ਇੱਕ ਮਹੀਨਾ ਹੋ ਗਿਆ ਆਏ ਨੂੰ, ਤੇ ਉਸ ਸਮੇਂ ਵੀ ਲੋਕ 500 ਔਰ 2000 ਦੇ ਨੋਟਾਂ ਨਾਲ ਜੋ ਵਾਕਫ ਜਿਹੜੇ ਹੈ ਘੱਟ ਰਹੇ ਹੋਣਗੇ, ਔਰ ਇਹ ਵੀ ਗੱਲਾਂ ਦੇਖਣ 'ਚ ਆਈਆਂ ਕਿ 500 ਦਾ ਨੋਟ 700 'ਚ ਵਿਕਿਆ, ਔਰ 2000 ਦਾ ਨੋਟ ਜਿਹੜਾ ਹੈਗਾ 2500 'ਚ ਵਿਕਿਆ, ਇਹੋ ਜਿਹੇ ਵੀ ਕਈ ਕੇਸਿਸ ਜਿਹੜੇ ਸੁਣਨ 'ਚ ਆਏ। ਔਰ ਚਲੋ ਪੁਰਾਣੇ ਨੋਟਾਂ ਦਾ ਵੀ ਇਸ ਤਰ੍ਹਾਂ ਰਿਹਾ ਕਿ ਪੁਰਾਣੇ ਨੋਟ ਜਿਹੜਾ 1000 ਦਾ ਨੋਟ ਹੈ ਜਿਹੜਾ ਉਹਦੀ ਵੈਲੀ 800 ਮਿਲਦੀ ਸੀਗੀ, 100-100 ਦੇ ਨੋਟ ਦੇ ਵਿੱਚ ਅਸੀਂ ਲੈਂਦੇ ਸੀਗੇ, ਅਤੇ ਯਾਨੀ ਕਿ ਕਰਪਸ਼ਨ ਤਾਂ ਫਿਰ ਵੀ ਉਹਨਾਂ ਦੇ ਵਿੱਚ ਵੀ ਨੋਟਾਂ ਦੇ ਵਿੱਚ ਵੀ ਕਰਪਸ਼ਨ ਜਿਹੜੀ ਰਹੀ। ਬਿਲਕੁਲ ਠੀਕ ਕਹਿ ਰਹੇ ਜੀ, ਮੈਂ ਇਸ ਕੰਟੈਕਸਟ ਵਿੱਚ ਹੀ ਗੱਲ ਕਰਨਾ ਚਾਹੂੰਗਾ। ਜਦ ਸਰਕਾਰ ਨੇ ਡੀਮੋਨੇਟਾਈਜੇਸ਼ਨ ਇੰਟਰੋਡਿਊਸ ਕੀਤੀ ਸੀਗੀ, ਉਸ ਟਾਈਮ 'ਤੇ ਸਰਕਾਰ ਨੇ ਕਲੇਮ ਕੀਤਾ ਸੀ ਜੀ 25% ਜਿਹੜੀ ਕਰੰਸੀ ਹੈ ਟੋਟਲ 500-1000 ਦੇ ਨੋਟ ਦੇ ਵਿੱਚ, ਉਹ ਕਰੰਸੀ ਬਲੈਕ ਮਨੀ ਹੈ। ਸੋ ਇਹਦੇ ਥਰੂ ਅਗਰ ਡੀਮੋਨੇਟਾਈਜੇਸ਼ਨ ਕਰ ਦਿੱਤੀ ਗਈ ਹੈ ਤਾਂ 25% ਜਿਹੜੀ ਬਲੈਕ ਮਨੀ ਹੈ ਉਹ ਖਤਮ ਹੋ ਜਾਏਗੀ। ਲੇਕਿਨ ਜੋ ਮੌਜੂਦਾ ਆਂਕੜੇ ਹੈ ਜੋ RBI ਨੇ ਸਾਨੂੰ ਦਿੱਤੇ ਆ, RBI ਦੀ ਰਿਪੋਰਟ ਕਹਿੰਦੀ ਹੈ ਕਿ 99%, ਯਾਨੀ ਕਿ 15,44,000 ਕਰੋੜ ਜਿਹੜਾ ਸਰਕੂਲੇਸ਼ਨ 'ਚ ਅਮਾਊਂਟ ਸੀਗਾ, ਉਹਦਾ 99% ਲਗਭਗ 15.22 ਲੱਖ ਰੁਪੀਜ਼ ਜਿਹੜਾ ਹੈ 28 ਲੱਖ ਰੁਪੀਜ਼ ਵਾਪਸ ਆ ਗਿਆ, 15.28, ਹੋਰ ਬਾਕੀ ਬੱਚਾ 16,000 ਕਰੋੜ। ਸਿਰਫ 16,000 ਕਰੋੜ ਰੁਪਇਆ ਜਿਹੜਾ ਹੈ ਨਾ ਉਹ ਸਰਕੂਲੇਸ਼ਨ 'ਚ ਬਾਕੀ ਬੈਂਕਿੰਗ ਸਿਸਟਮ 'ਚ ਵਾਪਸ ਨਹੀਂ ਆਇਆ। ਹੁਣ ਉਹਦੇ ਉੱਪਰ ਗੱਲ ਹੁੰਦੀ, ਮਤਲਬ ਕਿ 1% ਸਿਰਫ ਜਿਹੜਾ ਹੈ
ਸਾਡਾ 1% ਸਿਰਫ ਸਾਡਾ ਬਲੈਕ ਮਨੀ ਜਿਹੜਾ ਹੈ, ਅਗਰ ਅਸੀਂ ਸਰਕਾਰ ਤਰਫੋਂ ਸੋਚੀਏ, ਸਿਰਫ 1% ਜਿਹੜੀ ਹੈ ਸਾਡੀ ਬਲੈਕ ਮਨੀ ਉਹ ਲੋਕਾਂ ਦੇ ਕੋਲ ਰਹਿ ਗਈ ਹੈ। ਅਤੇ ਦਿਸ ਅ ਹਿਊਜ ਗੈਪ ਆਫ 24%। ਇਹਦਾ ਮਤਲਬ ਹੈ ਬੰਦਾ ਜਾਂ ਤਾਂ 24% ਲੋਕ 24% ਮਨੀ ਕਨਵਰਟ ਕਰ ਪਾਏ ਬਲੈਕ ਨੂੰ ਵਾਈਟ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਸ ਟਾਈਮ ਬਿਜ਼ਨਸ ਬਣਾ ਲਿਆ ਲੋਕਾਂ ਨੇ ਕਿ ਨਵੀਂ ਕਰੰਸੀ ਲੈ ਲਓ, ਪੁਰਾਣੀ ਕਰੰਸੀ ਦੇ ਦਿਓ, ਅਤੇ 80 ਦਾ ਰੇਟ ਡਿਸਾਈਡ ਹੋ ਗਿਆ। ਵਿੱਚ ਹੋ ਰਿਹਾ ਜੀ ਜੀ ਬਿਲਕੁਲ ਠੀਕ ਹੈ ਆਪ ਜੀ ਨੇ। ਨਿਊਜ਼ ਸੀਗੀ ਕਿ ਕਈ ਬੈਂਕਿੰਗ ਆਫਿਸਰਸ ਰੈੱਡ ਹੈਂਡਡ ਪਕੜੇ ਗਏ ਸੀਗੇ, ਜਿਨ੍ਹਾਂ ਨੇ ਇਸ ਤਰ੍ਹਾਂ ਨਾਲ ਲੋਕਾਂ ਦੇ ਇਲੀਗਲੀ ਮਨੀ ਜਿਹੜੀ ਆ ਉਹ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਕਨਵਰਟ ਕਰਾਇਆ ਸੀ, ਕਈ ਬੈਂਕਸ ਐਸੇ ਆ ਜਿਨ੍ਹਾਂ ਦੇ ਉੱਪਰ ਐਲੀਗੇਸ਼ਨ ਲੱਗੇ ਸੀਗੇ ਐਸੇ। ਸੋ ਲੋਕਾਂ ਨੇ ਇਹ ਬਿਜ਼ਨਸ ਬਣਾ ਲਿਆ ਸੀਗਾ, ਅਤੇ ਕਰਪਸ਼ਨ ਨੂੰ ਉਸ ਦੌਰਾਨ ਤਾਂ ਕਰਪਸ਼ਨ ਵਧੀ ਹੀ ਹੈ, ਘਟੀ ਦਾ ਤਾਂ ਕੋਈ ਉਹਦੇ 'ਚ ਸਾਨੂੰ ਸਾਈਨ ਨਜ਼ਰ ਨਹੀਂ ਆਉਂਦਾ। ਸੋ ਹੁਣ ਦੁਬਾਰਾ ਗੱਲ ਕਰੀਏ ਕਿ 24% ਮਤਲਬ ਲੋਕ ਆਪਣੀ ਵਾਈਟ ਮਨੀ ਬਲੈਕ ਮਨੀ ਨੂੰ ਵਾਈਟ ਕਰਵਾ ਚੁੱਕੇ ਸੀਗੇ, ਸਿਰਫ 1% ਬਚੀ ਹੈ। ਹੁਣ ਜੋ 1% ਬਚੀ ਹੈ ਉਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜੋ ਸਾਡੀ ਨੇਬਰਿੰਗ ਕੰਟਰੀਜ਼ ਹੈਗੀਆਂ, ਨੇਪਾਲ ਹੈ, ਭੂਟਾਨ ਹੈ, ਉਹਦੇ ਵਿੱਚ ਸਾਡਾ ਇੰਡੀਅਨ ਰੂਪੀ ਬਹੁਤ ਜ਼ਿਆਦਾ ਸਰਕੂਲੇਸ਼ਨ 'ਚ ਰਹਿੰਦਾ, ਕਿਉਂਕਿ ਉਹਨਾਂ ਦੇ ਬੰਦੇ ਇੱਥੇ ਕੰਮ ਕਰਦੇ ਆ, ਜਿਵੇਂ ਅਤੇ ਵਾਪਸ ਆਪਣੀ ਇੰਡੀਅਨ ਰੂਪੀ ਲੈ ਕੇ ਜਾਂਦੇ ਆ, ਰੂਪੀ ਸਾਡਾ ਉਹਦੇ ਹਿਸਾਬ ਨਾਲ ਵੈਲਿਊ ਜ਼ਿਆਦਾ ਹੈ ਸਾਡੇ ਰੂਪੀ ਦੀ। ਤਾਂ ਅਗਰ ਅਸੀਂ ਭੂਟਾਨ ਦੀ ਗੱਲ ਕਰੀਏ ਤਾਂ ਲਗਭਗ 3700 ਕਰੋੜ ਰੁਪੀਜ਼ ਉਹਨਾਂ ਦੇ ਫੋਰਨ ਐਕਸਚੇਂਜ ਰਿਜ਼ਰਵ ਵਿੱਚ ਹੈਗਾ ਰੁਪੀ ਦੀ ਫੋਰਮ 'ਚ। ਹੁਣ 500 ਦੇ ਨੋਟ ਹੈ, 1000 ਦੇ ਨੋਟ ਹੈ ਜਾਂ ਹੋਰ ਨੋਟ ਹੈ, ਉਹ ਕਹਿਣਾ ਮੁਸ਼ਕਿਲ ਹੈ। ਦੂਸਰਾ ਨੇਪਾਲ ਦੀ ਗੱਲ ਕਰੀਏ ਤਾਂ ਲਗਭਗ 3000 ਕਰੋੜ ਰੁਪਿਆ ਜਿਹੜਾ ਹੈ ਉਹ ਸਰਕੂਲੇਸ਼ਨ 'ਚ ਹੈ ਨੇਪਾਲ ਦੇ ਵਿੱਚ, ਠੀਕ ਹੈ ਜੀ। ਅਤੇ ਅਗਰ ਉਹ ਵੀ ਅਸੀਂ ਕਰ ਲਈਏ ਤਾਂ ਸਾਡਾ 1% ਨਹੀਂ ਬਣਦਾ, 1% ਵੀ ਨਹੀਂ ਰਹਿ ਗਿਆ ਸਾਡਾ। ਜੀ ਹਾਂ ਸੰਗਤ ਜੀ, ਜਿਸ ਤਰ੍ਹਾਂ ਕਿ ਸਰਦਾਰ ਨਿੰਦਰਪਾਲ ਸਿੰਘ ਨੇ ਦੱਸਿਆ ਕਿ ਭੂਟਾਨ ਔਰ ਨੇਪਾਲ ਦੇ ਵਿੱਚ ਜਿੱਥੇ ਇੰਡੀਅਨ ਕਰੰਸੀ ਕਾਫੀ ਫਲੋ ਦੇ ਵਿੱਚ ਰਹਿੰਦੀ, ਕਿਉਂਕਿ ਅਸੀਂ ਵੀ ਜਦੋਂ ਨੇਪਾਲ ਗਏ ਸੀਗੇ, ਜਦੋਂ ਨੇਪਾਲ ਦੇ ਵਿੱਚ ਅਰਥਕੁਏਕ ਆਇਆ ਸੀ, ਅਸੀਂ ਵੀ ਇੰਡੀਅਨ ਕਰੰਸੀ ਕਾਫੀ ਯੂਜ਼ ਕੀਤੀ ਸੀਗੀ। ਅਤੇ ਉਸੇ ਤਰੀਕੇ ਹੁਣ ਜੇ ਅਸੀਂ ਜਿੱਥੇ ਸਾਡਾ ਟੀ ਵੀ ਚੈਨਲ ਚੱਲ ਰਿਹਾ ਹੈਗਾ UK ਯੂਰਪ ਦੇ ਵਿੱਚ, ਉੱਥੇ ਵੀ NRIs ਵਾਸਤੇ ਵੀ ਕਈ ਪ੍ਰੋਬਲਮਸ ਇੰਡੀਆ ਦੇ ਵਿੱਚ ਆਏ ਅਤੇ ਉਹਨਾਂ ਨੂੰ ਵੀ ਪ੍ਰੋਬਲਮਸ ਆਈਆਂ, ਕਿਉਂਕਿ UK ਯੂਰਪ ਦੇ ਵਿੱਚ ਵੀ ਕਾਫੀ ਲੋਕਾਂ ਕੋਲ ਜਿਹੜੇ ਇੰਡੀਆ ਆਉਂਦੇ ਜਾਂਦੇ ਸੀ, ਆਪਣੇ ਪਿੰਡ ਆਪਣੇ ਦੇਸ਼ ਆਉਂਦੇ ਸੀਗੇ, ਉਹਨਾਂ ਕੋਲ ਵੀ ਕਾਫੀ ਕੈਸ਼ ਫਲੋ ਜਿਹੜਾ ਇੰਡੀਅਨ ਕਰੰਸੀ ਦਾ ਸੀਗਾ, ਔਰ ਉਹਨਾਂ ਨੂੰ ਵੀ ਕਾਫੀ ਇਹਦੇ ਵਿੱਚ ਨੁਕਸਾਨ ਹੋਇਆ। ਤੁਸੀਂ ਕੀ ਸਮਝ ਜੀ? ਬਿਲਕੁਲ, ਉਸ ਦੌਰਾਨ ਵਿੱਚ ਕਾਫੀ ਜਿਹੜੇ ਟੂਰਿਸਟ ਇੰਡੀਆ ਦੇ ਵਿੱਚ ਸੀਗੇ ਉਹਨਾਂ ਨੂੰ ਪ੍ਰੋਬਲਮ ਫੇਸ ਕਰਨੀ ਪਈ ਹੈ, ਕਿਉਂਕਿ ਗਵਰਨਮੈਂਟ ਰੂਲਸ ਦੇ ਹਿਸਾਬ ਨਾਲ ਤੁਹਾਡੀ ਇੱਕ ਫਿਕਸਡ ਕਰੰਸੀ ਸੀ ਅਮਾਊਂਟ ਜੋ ਤੁਸੀਂ ATM ਤੋਂ ਵਿਦਡਰਾਅ ਕਰ ਸਕਦੇ ਹੋ ਜਾਂ ਬੈਂਕ ਤੋਂ ਵਿਦਡਰਾਅ ਕਰ ਸਕਦੇ ਹੋ। ਅਤੇ ਉਹਨਾਂ ਨੂੰ ਡੈਫੀਨੇਟਲੀ ਇਹ ਨਿਊਜ਼ ਕਾਫੀ ਚੈਨਲ 'ਤੇ ਫਲੈਸ਼ ਵੀ ਹੋਈ ਸੀਗੀ ਕਿ ਕੁਝ ਰਿਪੋਰਟਸ ਆਈਆਂ, ਪੁਲਿਸ ਸਟੇਸ਼ਨ 'ਚ ਵੀ ਰਿਪੋਰਟਸ ਹੋਈਆਂ, ਅਤੇ ਉਹ ਵਿਚਾਰਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਜਿੱਥੇ ਇੰਡੀਅਨਸ ਨੂੰ ਮੈਸ ਕਰਨਾ ਪਿਆ ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਉਹਨਾਂ ਨੂੰ, ਕਿਉਂਕਿ ਉਹਨਾਂ ਵਾਸਤੇ ਇਹ ਵਿਦੇਸ਼ ਹੈ। ਅਤੇ ਅਗਰ ਅਸੀਂ ਕਿਸੇ ਬਾਹਰ ਦੇ ਦੇਸ਼ ਜਾਂਦੇ ਹਾਂ ਔਰ ਸਾਨੂੰ ਅਗਰ ਮੰਨ ਲਓ ਕਰੰਸੀ ਸਾਡੀ ਸਾਨੂੰ ਕਹਿਤਾ ਜਾਂਦਾ ਕਿ ਸਾਡੀ ਖਤਮ ਹੋ ਗਈ ਹੈ ਕਰੰਸੀ, ਲੀਗਲ ਟੈਂਡਰ ਨਹੀਂ ਰਿਹਾ, ਤਾਂ ਸਾਡੇ ਵਾਸਤੇ ਬਹੁਤ ਵੱਡਾ ਇੱਕ ਕੁਸ਼ਚਨ ਬਣ ਜਾਂਦਾ ਹੈ ਕਿ ਹੁਣ ਅਸੀਂ ਕੀ ਕਰੀਏ, ਨਾਓ ਵੇਅਰ ਵੀ ਸ਼ੁੱਡ ਗੋ। ਬਿਲਕੁਲ, ਹੋਰ ਜਿਹੜਾ ਮੰਨ ਕੇ ਚੱਲੇ ਨਵੰਬਰ ਦਸੰਬਰ ਦੇ ਵਿੱਚ ਜਦੋਂ ਤਕਰੀਬਨ 1.5 ਮਹੀਨੇ ਦਾ ਸਮਾਂ ਦਿੱਤਾ ਗਿਆ ਨੋਟ ਚੇਂਜ ਕਰਾਉਣ ਵਾਸਤੇ, ਉਸ ਟਾਈਮ ਦੇ ਵਿੱਚ ਹੁਣ ਕੋਈ ਬੰਦਾ ਹੋ ਸਕਦਾ ਕਿ 8 ਨਵੰਬਰ ਵਾਲੇ ਦਿਨ ਹੀ ਸਵੇਰੇ ਹੀ ਉਹ ਆਪਣੇ ਦੇਸ਼ ਵਾਪਸ ਗਿਆ ਹੋਇਆ ਹੋਵੇ ਅਤੇ ਉਹਦੇ ਕੋਲ ਇੰਨੇ ਸਾਰੇ ਨੋਟ ਹੋਣ, ਜਦੋਂ ਉੱਥੇ UK ਪਹੁੰਚੇ ਉਹਨੂੰ ਪਤਾ ਲੱਗਿਆ ਕਿ ਕਾਫੀ ਜਿਹੜਾ ਸਾਰਾ ਜਿਹਾ ਖਤਮ ਹੋ ਚੁੱਕਾ ਹੈਗਾ ਸਾਰੇ ਨੋਟਾਂ ਦਾ ਜਿਹੜਾ ਚੱਲਣ ਹੈਗਾ, ਔਰ ਉਹਨੇ ਜ਼ਰੂਰੀ ਹੁਣ ਉਹਦੇ ਵਾਸਤੇ ਉਹਨੂੰ ਸ਼ਾਇਦ ਸਪੈਸ਼ਲ ਟਿਕਟ, ਸ਼ਾਇਦ ਨੋਟਾਂ ਨੂੰ ਚੇਂਜ ਕਰਾਉਣ ਵਾਸਤੇ ਹਰ ਕੋਈ ਸਪੈਸ਼ਲ ਟਿਕਟ ਕਰਾ ਕੇ ਨਹੀਂ ਆਏਗਾ ਨਾ, ਇਹ ਕਹਿ ਵੀ ਬੜਾ ਇੱਕ ਵੱਡਾ ਫੈਕਟਰ ਹੈਗਾ। ਹੋਰ ਚਲੋ ਮਾਰਚ ਤੱਕ ਗੌਰਮੈਂਟ ਨੇ ਟਾਈਮ ਦਿੱਤਾ, ਪਰ ਉਹ 4-5 ਮਹੀਨੇ ਦੇ ਵਿੱਚ ਅਸੀਂ ਸ਼ਿਓਰ ਨਹੀਂ ਕਰ ਸਕਦੇ ਕੋਈ ਸਿਰਫ ਨੋਟ ਚੇਂਜ ਕਰਾਉਣ ਵਾਸਤੇ ਇੱਧਰ ਆਏਗਾ। ਜੇ ਗੌਰਮੈਂਟ ਨੇ ਐਸਾ ਕੀਤਾ ਸੀਗਾ ਤਾਂ ਸ਼ਾਇਦ ਐਮਬੈਸੀ ਦੇ ਵਿੱਚ ਵੀ ਇਹ ਚੀਜ਼ਾਂ ਪ੍ਰੋਵਾਈਡ ਕੀਤੀ ਜਾਣੀ ਚਾਹੀਦੀਆਂ ਸੀਗੀਆਂ ਕਿ ਜਿਹਦੇ ਕੋਲ ਹਰ ਉਸ ਕੰਟਰੀ 'ਚੋਂ ਨੋਟ ਹੈਗੇ ਆ ਅਤੇ ਉੱਥੇ ਇੰਡੀਅਨ ਐਮਬੈਸੀ ਦੇ ਵਿੱਚ ਜਾ ਕੇ ਨੋਟ ਐਕਸਚੇਂਜ ਕਰਾ ਸਕੇ। ਅਤੇ ਜੀ ਹਾਂ ਸੰਗਤ ਜੀ, ਹੋਰ ਵੀ ਕੁਝ ਪੁਆਇੰਟਸ ਆ ਉਹਨਾਂ ਨਾਲ ਵੀ ਅਸੀਂ ਡਿਸਕਸ ਕਰਦੇ ਹਾਂ। ਫਿਰ ਇਹ ਸਰਕਾਰ ਕਹਿੰਦੀ ਕਿ ਨਹੀਂ ਜੀ ਅਸੀਂ ਛਾਪੇ ਬੜੇ ਮਾਰੇ ਆ, ਜਿਵੇਂ ਸਾਡੇ ਇੱਕ ਪੋਜ਼ਿਟਿਵ ਪੁਆਇੰਟ ਇਹਦੇ ਵਿੱਚ ਸਰਕਾਰ ਦੇ ਤਰਫੋਂ ਆ ਜਾਂਦਾ ਹੈ ਕਿ ਵੀ 2.25 ਲੱਖ ਸ਼ੈਲ ਕੰਪਨੀਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜੀ ਕੰਪਨੀਆਂ ਸਿਰਫ ਨਾਮੀ ਤੌਰ 'ਤੇ ਚੱਲ ਰਹੀਆਂ ਹੈ, ਉਹਨਾਂ 'ਚ ਕੋਈ ਓਪਰੇਸ਼ਨ ਨਹੀਂ ਹੈ, ਕੋਈ ਬਿਜ਼ਨਸ ਨਹੀਂ ਹੈ, ਕੋਈ ਟ੍ਰੇਡ ਨਹੀਂ ਹੋ ਰਿਹਾ, ਉਹ ਸਿਰਫ ਔਰ ਸਿਰਫ ਬਣਾਈਆਂ ਗਈਆਂ ਬਲੈਕ ਮਨੀ ਨੂੰ ਵਾਈਟ ਕਰਨ ਵਾਸਤੇ, ਜਿਹਦੇ 'ਚ ਡੀਮੋਨੇਸ਼ਨ ਦੇ ਦੌਰਾਨ ਉਹਦੇ ਵਿੱਚ 17,000 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਹੋਈਆਂ ਕੁੱਲ 35,000 ਕੰਪਨੀਜ਼ ਦੇ ਵਿੱਚ। ਸੋ ਐਸੀ ਕੰਪਨੀਆਂ ਦੇ ਅਕਾਊਂਟ ਸੀਲ ਕਰਤੇ ਗਏ ਆ, ਹੋਰ 2.25 ਲੱਖ ਦੇ ਲਗਭਗ ਕੰਪਨੀਆਂ ਨੂੰ ਡੀਰਜਿਸਟਰ ਕਰਾਤਾ ਗਿਆ। ਇੱਕ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਸਰਕਾਰ ਦੀ ਤਰਫੋਂ ਦੀ ਡਿਮੋਨੇਸ਼ਨ ਦੀ। ਲੇਕਿਨ ਅਗਰ ਉਸ ਅਮਾਊਂਟ ਨੂੰ ਵੀ ਅਸੀਂ ਐਡ ਕਰ ਲੈਂਦੇ ਹਾਂ, ਦੈਟ 17,000 ਕਰੋੜਸ ਪਲੱਸ 16,000 ਕਰੋੜਸ ਦੈਟ ਹੈਜ਼ ਨੋਟ ਰਿਟਰਨ ਟੂ ਬੈਂਕਿੰਗ ਸਿਸਟਮ ਟਿਲ ਡੇਟ, ਉਹ ਵੀ ਕੁੱਲ ਮਿਲਾ ਕੇ 2% ਬਣਦਾ ਲਗਭਗ, ਅਤੇ ਸਟਿਲ ਦੇਰ ਇਜ਼ ਅ ਗੈਪ ਆਫ 23%।
ਫਿਰ ਇਹ ਵੀ ਇੱਕ ਅੱਛਾ ਇੱਕ ਪੁਆਇੰਟ ਹੈਗਾ ਕਿ ਕੰਪਨੀਜ਼ ਜਿਹੜੀ ਇਹੋ ਜਿਹੀ ਫੇਕ ਕੰਪਨੀਜ਼ ਜਿਨ੍ਹਾਂ ਦੇ ਵਿੱਚ ਨਾ ਕੋਈ ਵਰਕਰ ਸੀ ਨਾ ਬਿਜ਼ਨਸ ਸੀ ਨਾ ਉਹ ਫਿਜ਼ੀਕਲੀ ਐਗਜ਼ਿਸਟ ਕਰਦੀਆਂ ਸੀਗੀਆਂ ਉਹ ਬੰਦ ਹੋਈ ਹੈ, ਜਿਹਦੇ ਕਰਕੇ ਕੈਸ਼ ਜਿਹੜਾ ਸਰ ਜਿਨ੍ਹਾਂ ਦਾ ਕੰਮ ਸਿਰਫ ਕੈਸ਼ ਫਲੋ ਦਾ ਯੂਜ਼ ਕੀਤਾ ਜਾਂਦਾ ਐਜ਼ ਇੱਕ ਪੋਜ਼ਿਟਿਵ ਅੱਛੀ ਚੀਜ਼ ਨਿਕਲ ਗਿਆ ਜੀ। ਅਤੇ ਉਹਨੂੰ ਵੀ ਇੰਕਲੂਡ ਕਰ ਲਏ ਫਿਰ ਵੀ 23% ਦਾ ਗੈਪ ਰਹਿੰਦਾ ਅਤੇ ਉਹ ਫਿਰ ਗੱਲ ਬਣਦੀ ਕਿ 23% ਕਿੱਥੇ ਗਿਆ, ਜਾਂ ਤਾਂ ਸਰਕਾਰ ਦਾ ਅਨੁਮਾਨ ਗਲਤ ਸੀ ਉਹਦੇ ਵਿੱਚ, ਜਾਂ ਫਿਰ ਲੋਕਾਂ ਨੇ ਆਪਣੀ ਬਲੈਕ ਮਨੀ ਨੂੰ ਵਾਈਟ ਕਰ ਲਿਆ। ਹੁਣ ਇੱਕ ਹੋਰ ਅਚੀਵਮੈਂਟ ਦੀ ਗੱਲ ਕਰੀਏ ਅਸੀਂ, ਤਾਂ ਟੈਕਸ ਦੇ ਵਿੱਚ ਸਰਕਾਰ ਤਰਫੋਂ ਅਚੀਵਮੈਂਟ ਹੈ ਮੰਨੀ ਜਾ ਰਹੀ ਹੈ ਕਿ ਵੀ 25% ਇਸ ਵਾਰੀ ਇਜ਼ਾਫਾ ਹੋਇਆ, ਇੰਕਰੀਜ਼ ਹੋਇਆ ਟੈਕਸ ਰਿਟਰਨ ਦੇ ਵਿੱਚ, 25% ਜ਼ਿਆਦਾ ਲੋਕਾਂ ਨੇ ਟੈਕਸ ਫਾਈਲ ਕੀਤਾ ਹੈ, ਜਦਕਿ ਪਿਛਲੇ ਸਾਲ ਅਗਰ ਦੇਖਿਆ ਜੀ 10% ਇੰਕਰੀਜ਼ ਸੀਗਾ। ਇਹ ਵੀ ਇੱਕ ਅੱਛੀ ਚੀਜ਼ ਨਿਕਲ ਗਿਆ ਕਿ ਟੈਕਸ ਪੇਅਰਸ ਜਿਹੜੇ ਹੈਗੇ ਉਹ ਵਧੇ ਹੈਗੇ। ਦੋ ਅਸੀਂ ਪੋਜ਼ਿਟਿਵ ਪੁਆਇੰਟ ਵੀ ਅਸੀਂ ਡਿਸਕਸ ਕਰ ਰਹੇ ਹਾਂ, ਐਸਾ ਨਾ ਲੱਗੇ ਕਿ ਅਸੀਂ ਬੈਲੈਂਸ ਰਿਪੋਰਟ ਦੀ ਗੱਲ ਕਰ ਰਹੇ ਹਾਂ, ਅਤੇ ਟੈਕਸ ਪੇਅਰਸ ਦਾ ਵਧਣਾ ਵੀ ਇੱਕ ਬੜੀ ਅੱਛੀ ਚੀਜ਼ ਹੈਗੀ, ਕਿਉਂਕਿ ਗੌਰਮੈਂਟ ਵਾਸਤੇ, ਕਿਉਂਕਿ ਟੈਕਸ ਪੇਅਰਸ ਹੀ ਜਿਹੜੇ ਹੈਗੇ ਜਿਹਦੇ ਨਾਲ ਰੈਵੇਨਿਊ ਜਨਰੇਟ ਹੁੰਦਾ, ਔਰ ਗੌਰਮੈਂਟ ਕੋਲ ਟੈਕਸ ਹੋਏਗਾ ਤਾਂ ਹੀ ਉਹ ਡਿਵੈਲਪਮੈਂਟ ਦੇ ਜਿਹੜੇ ਕੰਮ ਕਰ ਸਕਦੇ ਹੈਗੇ, ਹੈ ਨਾ। ਬਿਲਕੁਲ ਜੀ, ਅਤੇ ਇੱਕ ਪੋਜ਼ਿਟਿਵ ਪੁਆਇੰਟ ਅਸੀਂ ਲੈ ਕੇ ਚੱਲ ਸਕਦੇ ਹਾਂ ਕਿ ਸਰਕਾਰ ਦੀ ਤਰਫੋਂ ਸਰਕਾਰ ਨੂੰ ਇਹਦੇ ਨਾਲ ਫਾਇਦਾ ਹੋਇਆ, ਟੈਕਸ ਰੈਵੇਨਿਊ ਵਧਿਆ ਸਰਕਾਰ ਦਾ, ਅਤੇ ਕਰਪਸ਼ਨ ਦੇ ਸਤਰ 'ਤੇ ਜਦਕਿ ਅਸੀਂ ਮਾਰ ਖਾਧੀ ਹੈ, ਠੀਕ ਹੈ ਜੀ, ਟੈਰਰਿਜ਼ਮ ਦੇ ਸਤਰ 'ਤੇ ਅਸੀਂ ਮਾਰ ਖਾਧੀ ਹੈ, ਅਤੇ ਬਲੈਕ ਮਨੀ ਜਿਹੜੀ ਹੈ ਉਹ ਕਿੰਨੀ ਵਾਈਪ ਆਊਟ ਹੋਈ ਨਹੀਂ ਹੋਈ, ਹੁਣ ਆਪ ਜੀ ਸਾਹਮਣੇ ਸਟੈਟਿਸਟਿਕਸ ਹੈ, ਆਪ ਜੀ ਖੁਦ ਦੇਖ ਸਕਦੇ ਹੋ ਕਿੰਨੀ ਵਾਈਪ ਆਊਟ ਹੋਈ ਹੈ। ਕਰਪਸ਼ਨ ਦੇ ਮਾਮਲੇ 'ਚ ਸਾਡਾ ਸਤਰ ਜਿਹੜਾ ਹੈ ਉਹ ਹੋਰ ਗਿਰਿਆ ਹੈ, ਕਰਪਸ਼ਨ ਵਧੀ ਆ, ਟੈਰਰਿਜ਼ਮ ਜਿਹੜਾ ਹੈ ਟੈਰਰਿਜ਼ਮ ਦੇ ਵਿੱਚ ਵੀ ਇਜ਼ਾਫਾ ਹੋਇਆ ਹੈ, ਜੋ ਕਿ ਸਟੈਟਿਸਟਿਕਸ ਦੱਸਦਾ ਹੈ। ਔਰ ਤੀਸਰੀ ਗੱਲ ਸਾਡੀ ਰਹੇਗੀ ਕਾਊਂਟਰਫੀਟ ਕਰੰਸੀ, ਅਗਰ ਕਾਊਂਟਰਫੀਟ ਕਰੰਸੀ ਦੇਖੀ ਜਾਏ ਤਾਂ ਉਹਦੇ ਵਿੱਚ ਵੀ ਕੁਝ ਖਾਸ ਫਰਕ ਨਹੀਂ ਪਿਆ। 2015 ਦਾ ਸਟੈਟਿਸਟਿਕਸ ਦੱਸਦਾ ਹੈ ਕਿ ਲਗਭਗ 22% ਜਿਹੜੀ ਕਰੰਸੀ ਸੀ ਉਹ ਫੇਕ ਕਰੰਸੀ ਸੀਗੀ, ਅਤੇ ਅੱਜ ਦੀ ਡੇਟ ਦੇ ਵਿੱਚ 2017 ਈਅਰ ਦੇ ਵਿੱਚ ਉਹ ਲਗਭਗ 20% ਆ, ਅਤੇ ਮਾਰਜਨਲ 2% ਦਾ ਇਹਦੇ 'ਚ ਫਰਕ ਜਿਹੜਾ ਆਇਆ ਹੈ। ਅਤੇ ਬਟ ਅਗੇਨ ਜਿਵੇਂ ਡਿਸਕਸ ਕੀਤਾ ਸੀ ਕਿ ਨਵੀਂ ਕਰੰਸੀ ਦੇ ਵਿੱਚ ਫੇਕ ਕਰੰਸੀ ਨੂੰ ਆਈਡੈਂਟੀਫਾਈ ਕਰਨਾ ਇੱਕ ਕੋਮਨ ਮੈਨ ਵਾਸਤੇ ਜਾਂ ਇੱਕ ਇਲੀਟਰੇਟ ਪਰਸਨ ਵਾਸਤੇ ਬਹੁਤ ਮੁਸ਼ਕਿਲ ਹੈ, ਅਤੇ ਉਹ ਸਗੋਂ ਸਾਡੇ ਵਾਸਤੇ ਇਨਫੈਕਟ ਸਾਡੀ ਮੁਸ਼ਕਿਲਾਂ ਵਧਾਉਣ ਦਾ ਕੰਮ ਕੀਤਾ ਉਸ ਚੀਜ਼ ਨੇ। ਔਰ ਅਗਰ ਅਸੀਂ ਓਵਰਆਲ ਦੇਖੀਏ, ਅੱਜ ਵੀ ਕੈਸ਼ ਜਿਹੜਾ ਹੈ ਉਹ ਪ੍ਰਧਾਨ ਹੈ, ਅੱਜ ਵੀ ਸਾਰੀ ਪੇਮੈਂਟ ਕੈਸ਼ ਹੋ ਰਹੀਆਂ, ਕੈਸ਼ ਇਜ਼ ਕਿੰਗ ਟੂਡੇ ਆਲਸੋ। ਔਰ ਜੋ ਪੇਮੈਂਟਸ ਵਿੱਚ ਇਜ਼ਾਫਾ ਹੋਇਆ ਸੀ, ਡਿਜੀਟਲ ਪੇਮੈਂਟ ਦੀ ਗੱਲ ਕਰੀਏ ਅਸੀਂ, NEFT ਦੀ ਗੱਲ ਕਰੀਏ, IMPS ਦੀ ਗੱਲ ਕਰੀਏ, ਤਾਂ ਉਹ ਡੀਮੋਨੇਟਾਈਜ਼ੇਸ਼ਨ ਦੇ ਬਾਅਦ ਇੱਕਦਮ ਨਾਲ ਇੱਕ ਸਰਜ ਆਇਆ ਸੀ, ਇੱਕ ਇੰਕਰੀਜ਼ ਆਇਆ ਸੀ, ਇੱਕ ਪੀਕ ਆਈ ਸੀਗੀ, ਅਤੇ ਉਹ ਸਪਾਈਕ ਜਿਹੜੀ ਖਤਮ ਹੋ ਗਈ ਸੀ ਕੁਛ ਹੀ ਦਿਨਾਂ ਬਾਅਦ, ਜਦ ਡੀਮੋਨੇਟਾਈਜ਼ੇਸ਼ਨ ਦੇ ਬਾਅਦ ਰੀਮੋਨੇਟਾਈਜ਼ੇਸ਼ਨ ਹੋ ਗਿਆ, ਸਾਰੇ ਪੈਸੇ ਈਜ਼ੀਲੀ ਲੋਕਾਂ ਨੂੰ ਅਵੇਲੇਬਲ ਹੋਣ ਲੱਗ ਗਏ ਬੈਂਕਿੰਗ ਦੇ ਥਰੂ, ATM ਦੇ ਥਰੂ, ਤਾਂ ਫਿਰ ਦੁਬਾਰਾ ਲੋਕ ਆਪਣੇ ਕੈਸ਼ ਦੇ ਬਿਜ਼ਨਸ 'ਚ ਆ ਗਏ, ਉਹਨਾਂ ਨੇ ਡਿਜੀਟਲ ਪੇਮੈਂਟ ਕੱਟ ਕਰਤੀਆਂ। ਅਤੇ ਅੱਜ ਵੀ ਅਸੀਂ ਜਿਹੜਾ ਹੈਗਾ ਫਿਰ ਕੈਸ਼ ਵਾਲਾ, ਹਾਂ ਉਸ ਸਮੇਂ ਜ਼ਰੂਰ ਉਛਾਲ ਆਇਆ ਡਿਜੀਟਲ ਪੇਮੈਂਟ ਦੇ ਵਿੱਚ, ਹੈ ਨਾ, ਅਤੇ ਪਰ ਅੱਜ ਫਿਰ ਵੀ ਅਸੀਂ ਜਿਹੜਾ ਹੈਗਾ ਕੈਸ਼ ਫਲੋ ਵਾਲਾ, ਕਿਉਂਕਿ ਇੱਕ ਥੋੜ੍ਹੀ ਜੋ ਕਿ ਛੋਟੀ ਜਿਹੀ ਗੱਲ ਹੈਗੀ ਹੈ ਕਿ ਅੱਜ ਤੱਕ ਸਾਡੇ ਕੁਛ ਵੱਡੇ ਬਜ਼ੁਰਗਾਂ ਨੂੰ ਔਰ ਪਿੰਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ATM ਯੂਜ਼ ਕਰਨਾ ਨਹੀਂ ਆਉਣਾ, ATM ਯੂਜ਼ ਕਰਨਾ ਨਹੀਂ ਆਉਂਦਾ, ਅਤੇ ਡਿਜੀਟਲ ਪੇਮੈਂਟ ਉਹ ਕਿਸ ਤਰ੍ਹਾਂ ਯੂਜ਼ ਕਰ ਸਕਦੇ, ਜਦਕਿ ATM ਜਿਹੜਾ ਹੈਗਾ ਡਿਜੀਟਲ ਪੇਮੈਂਟ ਤੋਂ ਸ਼ਾਇਦ ਥੋੜ੍ਹਾ ਜਿਹਾ ਈਜ਼ੀ ਵੀ ਲੱਗਦਾ, ਕਾਫੀ ਲੋਕਾਂ ਨੂੰ ਕਾਫੀ ਟਾਈਮ ਤੋਂ ਚੱਲਦਾ ਵੀ ਆ ਰਿਹਾ, ਪ੍ਰਮੋਟ ਵੀ ਹੈਗਾ, ਪਰ ਡਿਜੀਟਲ ਪੇਮੈਂਟ ਵਾਸਤੇ ਤੁਹਾਨੂੰ ਸਮਾਰਟਫੋਨ ਵੀ ਜ਼ਰੂਰੀ ਹੈ, ਕਈ ਚੀਜ਼ਾਂ ਹੋਰ ਵੀ ਜ਼ਰੂਰੀ ਹੈ, ਹੈ ਨਾ। ਬਿਲਕੁਲ ਆਪ ਜੀ ਬਿਲਕੁਲ ਠੀਕ ਗੱਲ ਕਰ ਰਹੇ ਹੋ, ਉਹਦੇ ਨਾਲ ਲਿਟਰੇਸੀ ਦਾ ਕਨੈਕਸ਼ਨ ਹੈ, ਲਿਟਰੇਸੀ ਉਹਦੇ ਨਾਲ ਲਿਟਰੇਸੀ ਰੇਟ ਸਾਡੇ ਕੋਲ ਜ਼ਿਆਦਾ ਹੋਣਾ ਚਾਹੀਦਾ ਹੈ, ਉਹਦੇ ਬਾਅਦ ਸਾਡੇ ਕੋਲ ਸਮਾਰਟਫੋਨ ਐਕਸੈਸ ਜ਼ਿਆਦਾ ਹੋਣਾ ਚਾਹੀਦਾ, ਫਿਰ ਸਮਾਰਟਫੋਨ ਐਕਸੈਸ ਦੇ ਬਾਅਦ ਬਹੁਤ ਵੱਡੀ ਜੋ ਪ੍ਰੋਬਲਮ ਹੈ ਇੰਡੀਆ ਵਾਸਤੇ ਉਹ ਹੈ ਕਨੈਕਟੀਵਿਟੀ, ਇੰਟਰਨੈਟ ਕਨੈਕਟੀਵਿਟੀ। ਸੋ ਇੰਟਰਨੈਟ ਕਨੈਕਟੀਵਿਟੀ 'ਚ ਵੀ ਅਗਰ ਅਸੀਂ ਜਾਈਏ ਤਾਂ ਅਸੀਂ ਅੱਜ ਬਹੁਤ ਸਾਰੇ ਦੇਸ਼ਾਂ 'ਚੋਂ ਆਲ ਓਵਰ ਵਰਲਡ ਅਸੀਂ ਬਹੁਤ ਪਿੱਛੇ ਹਾਂ, ਵੀ ਰੈਂਕ ਮੋਰ ਦੈਨ 100 ਇਨ ਟਰਮਸ ਆਫ ਸਪੀਡ ਆਫ ਇੰਟਰਨੈਟ। ਸੋ ਉਹਦੇ ਵਿੱਚ ਜਦ ਤੁਹਾਡੇ ਕੋਲ ਸਪੀਡ ਹੀ ਨਹੀਂ ਆਏਗੀ, ਤੁਸੀਂ ਡਿਜੀਟਲ ਪੇਮੈਂਟ ਕੀ ਕਰੋਗੇ? ਆਪ ਜੀ ਨੇ ਕਈ ਵਾਰ ਦੇਖਿਆ ਹੋਣਾ, ਪੇਮੈਂਟ ਕਰਦੇ ਕਰਦੇ ਇੱਕਦਮ ਪੇਮੈਂਟ ਫੇਲ ਹੋ ਜਾਂਦੀ ਹੈ, ਇੰਟਰਨੈਟ ਦੀ ਸਪੀਡ ਬਹੁਤ ਘੱਟ ਹੋ ਗਈ, ਕਨੈਕਟ ਨਹੀਂ ਹੋ ਪਾਇਆ ਸਰਵਰ ਦੇ ਨਾਲ, ਅਤੇ ਉਹਦੇ ਵਿੱਚ ਐਟ ਟਾਈਮਸ ਵੀ ਫੇਸ ਪ੍ਰੋਬਲਮ ਕਿ ਸਾਡੀ ਅਕਾਊਂਟ 'ਚ ਪੈਸਾ ਡਿਡਕਟ ਹੋ ਗਿਆ ਬਟ ਸਰਵਿਸ ਪ੍ਰੋਵਾਈਡਰ ਕੋਲ ਨਹੀਂ ਪਹੁੰਚਿਆ, ਅਤੇ ਦੈਨ ਵੀ ਗੈਟ ਟੈਂਸਡ ਕਿ ਵੀ ਪੈਸਾ ਮੇਰਾ ਗਿਆ ਕਿੱਥੇ, ਪਤਾ ਨਹੀਂ ਪੇਮੈਂਟ ਪਹੁੰਚੇਗੀ ਨਹੀਂ ਪਹੁੰਚੇਗੀ। ਪਰਸੋਂ ਹੀ ਅਸਰ ਹੋਇਆ, ਤਾਂ ਉਹ ਪ੍ਰੋਬਲਮ ਲਗਭਗ ਅਸੀਂ ਸਭ ਫੇਸ ਵੀ ਕਰਦੇ ਹਾਂ। ਜੋ ਅਸੀਂ ਡਿਜੀਟਲਾਈਜੇਸ਼ਨ, ਅਸੀਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਡਿਜੀਟਲ ਇੰਡੀਆ ਮੂਵਮੈਂਟ ਇੱਕ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਇਹ ਇਨਸ਼ੋਰ ਕਰਨਾ ਜ਼ਰੂਰੀ ਹੈ ਕਿ ਸਾਡੇ ਕੋਲ ਐਡੀਕੁਏਟ ਇਨਫਰਾਸਟਰਕਚਰ ਵੀ ਹੈ ਜਾਂ ਨਹੀਂ ਹੈ। ਜਿੱਥੇ ਸਭ ਤੋਂ ਵੱਡੀ ਇੱਕ ਬੈਂਡਵਿਡਥ ਦੀ ਗੱਲ ਕਰਨੇ ਹਾਂ ਅਸੀਂ, ਕਿਉਂਕਿ ਜਿਵੇਂ ਕਹਿੰਦੇ ਆ ਕਿ ਰੋਡ ਦੇ ਉੱਪਰ ਗੱਡੀਆਂ ਕਿਸ ਸਪੀਡ ਨਾਲ ਚੱਲਣਗੀਆਂ ਉਹ ਰੋਡ ਦੀ ਚੌੜਾਈ ਦੇ ਉੱਪਰ ਡਿਪੈਂਡ ਕਰਦਾ, ਐਵੇਂ ਬੈਂਡਵਿਡਥ ਹੈ ਇੰਟਰਨੈਟ ਦੇ ਵਿੱਚ, ਅਗਰ ਜਿੰਨੀ ਬੈਂਡਵਿਡਥ ਆਪ ਜੀ ਦੀ ਜ਼ਿਆਦਾ ਹੋਏਗੀ ਓਨੀ ਜ਼ਿਆਦਾ ਸਪੀਡ ਨਾਲ ਡੇਟਾ ਫਲੋ ਕਰੇਗਾ।
ਸੋ ਕਨੈਕਟਿਵਿਟੀ ਪ੍ਰੋਬਲਮ ਹੈ ਸਾਡੇ ਵਿੱਚ, ਤਾਂ ਇੱਕ ਇਹ ਇੱਕ ਸਾਡੇ ਕਮੀ ਹੈ ਜੋ ਕਿ ਸੁਧਾਰ ਹੋਏਗਾ ਤਾਂ ਡਿਜੀਟਲਾਈਜੇਸ਼ਨ ਤਰਫ ਹੀ ਵਧਾਂਗੇ। ਫਿਰ ਲੋਕਾਂ ਦੀ ਲਿਟਰੇਸੀ ਹੈ, ਸਮਾਰਟਫੋਨ ਲੋਕਾਂ ਕੋਲ ਨਹੀਂ ਆ, ਇਹ ਸਾਰੀ ਪ੍ਰੋਬਲਮਸ ਹਰਡਲਸ ਹੈਗੇ ਆ ਜੋ ਲੋਕਾਂ ਕੋਲ ਆਉਣਗੇ, ਲੋਕਾਂ ਸਾਹਮਣੇ ਆੜੇ ਆਏ ਉਹਨਾਂ ਦੇ, ਹੋਰ ਇਸ ਕਰਕੇ ਲੋਕ ਜ਼ਿਆਦਾ ਡਿਜੀਟਲ ਪੇਮੈਂਟ ਯੂਜ਼ ਨਹੀਂ ਕਰ ਪਾ ਰਹੇ। ਜਿਹੜਾ ਅਰਬਨ ਏਰੀਆ ਦੀ ਗੱਲ ਕਰੀਏ ਅਸੀਂ, ਉੱਥੇ ਲੋਕ ਫਿਰ ਵੀ ਕਰ ਰਹੇ ਆ। ਔਰ ਇੱਕ ਹੋਰ ਇਹਦਾ ਕੈਸ਼ ਦਾ ਕਿੰਗ ਹੋਣ ਦਾ ਇੱਕ ਹੋਰ ਰੀਜ਼ਨ ਵੀ ਆ ਕਿ ਇੰਡੀਆ ਮਾਰਕੀਟ 'ਚ ਜ਼ਿਆਦਾਤਰ ਵੀ ਇਫ ਵੀ ਡਿਵਾਈਡ ਇੰਡੀਅਨ ਮਾਰਕੀਟ, ਵੀ ਹੈਵ ਟੂ ਸੈਕਟਰਸ, ਔਰਗਨਾਈਜ਼ਡ ਐਂਡ ਅਨਔਰਗਨਾਈਜ਼ਡ। ਅਨਔਰਗਨਾਈਜ਼ਡ ਹੁਣ ਤੁਸੀਂ ਅਗਰ ਮੋਲ 'ਚ ਜਾਂਦੇ ਹੋ, ਤੁਸੀਂ ਉੱਥੇ ਸ਼ੋਪਿੰਗ ਕਰਦੇ ਹੋ, ਅਤੇ ਉਹ ਔਰਗਨਾਈਜ਼ਡ ਹੋ ਗਿਆ। ਅਗਰ ਤੁਸੀਂ ਉਹੀ ਕਿਸੇ ਜਿਹੜੇ ਬਾਜ਼ਾਰ ਲੱਗਦੇ ਆ, ਸੰਡੇ ਬਾਜ਼ਾਰ, ਮੰਡੇ ਬਾਜ਼ਾਰ, ਫਿਰ ਤੁਹਾਡੀ ਜਿਹੜੀ ਆ ਸਬਜ਼ੀ ਮੰਡੀ ਹੈਗੀ ਆ ਉੱਥੋਂ ਲੈਂਦੇ ਹੋ, ਰੇਹੜੀ ਵਾਲਾ ਆਉਂਦਾ ਉੱਥੋਂ ਲੈਂਦੇ ਤੁਸੀਂ ਸਬਜ਼ੀ, ਤਾਂ ਉਹ ਅਨਔਰਗਨਾਈਜ਼ ਸੈਕਟਰ ਆ ਗਿਆ। ਅਤੇ ਉਹਦੇ 'ਚ ਹੁਣ ਤੁਸੀਂ ਅਗਰ ਐਕਸਪੈਕਟ ਕਰੋਗੇ ਕਿ ਡਿਜੀਟਲ ਪੇਮੈਂਟ ਹੋਏ, ਤਾਂ ਉਹ ਬਹੁਤ ਮੁਸ਼ਕਿਲ ਹੈ। ਉਹ 20 ਵਿੱਚ ਸ਼ੁਰੂ ਹੋਇਆ ਸੀਗਾ ਜਦ ਡਿਮੋਨੇਟਾਈਜੇਸ਼ਨ ਹੋਇਆ ਸੀ, ਕੈਸ਼ ਕਰੰਚ ਸੀਗਾ, ਜਦ ਕੈਸ਼ ਦਾ ਫਲੋ ਦੁਬਾਰਾ ਆ ਗਿਆ ਬੈਂਕਿੰਗ ਸਿਸਟਮ ਤੋਂ ਇਕੋਨਮੀ 'ਚ, ਰਿਲੀਜ਼ ਹੋ ਗਿਆ ਕੈਸ਼, ਇਨਫਿਊਜ਼ ਹੋ ਗਿਆ, ਉਹਦੇ ਬਾਅਦ ਫਿਰ ਉਹ ਚੀਜ਼ ਫਿਰ ਦੁਬਾਰਾ ਡਾਊਨ ਆ ਗਈ। ਅਤੇ ਅੱਜ ਦੀ ਟਾਈਮ ਦੇ ਵਿੱਚ ਅਗਰ ਅਸੀਂ NEFT ਔਰ IMPS ਦੇਖੀਏ, ਜਿਵੇਂ ਅਸੀਂ ਪਹਿਲੇ ਵੀ ਕਿਹਾ ਕਿ ਉਹ ਵਾਪਸ ਉਸ ਸਥਰ 'ਤੇ ਆ ਗਈਆਂ ਜਿਸ ਸਥਰ 'ਤੇ ਪਹਿਲੇ ਸੀਗੀਆਂ ਡਿਮੋਨੇਟਾਈਜੇਸ਼ਨ ਤੋਂ ਪਹਿਲੇ, ਇੱਕ ਬਸ ਇਜ਼ਾਫਾ ਹੋਇਆ ਅਤੇ POS ਹੋਇਆ, ਪੁਆਇੰਟ ਆਫ ਸੇਲਸ ਵਿੱਚ ਹੋਇਆ, ਜੋ ਕਿ ਡਬਲ ਹੋਇਆ। ਠੀਕ ਹੈ, ਉਹ ਇੱਕ ਅੱਛੀ ਚੀਜ਼ ਹੈ, ਲੇਕਿਨ ਅਗਰ ਅਸੀਂ ਉਹਨੂੰ ਕੰਪੇਅਰ ਕਰੀਏ ਬਾਕੀ ਨੇਸ਼ਨਸ ਦੇ ਨਾਲ, ਤਾਂ ਪਰ ਮਿਲੀਅਨ ਜਿੰਨੇ POS ਹੋਣੇ ਚਾਹੀਦੇ ਆ, ਪਰ ਮਿਲੀਅਨ ਆਫ ਸਿਟੀਜ਼ਨ ਪੀਪਲ ਜਿੰਨੇ ਸਾਡੇ ਕੋਲ ਹੋਣੇ ਚਾਹੀਦੇ ਆ POS, ਉਹ ਨਹੀਂ ਅੱਜ ਵੀ ਉਸ ਆਂਕੜੇ ਦੇ ਹਿਸਾਬ ਨਾਲ ਵੀ ਅਸੀਂ ਬਹੁਤ ਨਿਚਲੇ ਸਥਰ 'ਤੇ ਹੈਗੇ ਹਾਂ, ਸਾਨੂੰ ਉਹਦੇ 'ਚ ਇੰਪਰੂਵ ਕਰਨ ਦੀ ਲੋੜ ਹੈ। ਅੱਛਾ, ਇਹ ਤਾਂ ਕਈ ਚੀਜ਼ਾਂ ਹੋ ਗਈਆਂ ਜਿਹੜੀ ਆਪਾਂ ਟੈਕਨੀਕਲ ਟਰਮਸ ਜਿਹੜੀ ਹੈਗੀ ਉਹ ਡਿਸਕਸ ਕੀਤੀਆਂ, ਥੋੜ੍ਹਾ ਪੋਲੀਟੀਕਲ ਅਸੀਂ ਆਉਂਦੇ ਹਾਂ। ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੈਗੇ ਮਨਮੋਹਨ ਸਿੰਘ, ਉਹਨਾਂ ਨੇ ਕਿਹਾ ਕਿ ਡੀਮੋਨੇਟਾਈਜੇਸ਼ਨ ਚੀਜ਼ ਤਾਂ ਅੱਛੀ ਹੈ, ਚੀਜ਼ ਵੀ ਠੀਕ ਹੈ, ਪਰ ਇਹਦੀ ਇੰਪਲੀਮੈਂਟੇਸ਼ਨ ਹੈਗੀ ਉਹ ਗਲਤ ਤਰੀਕੇ ਨਾਲ ਲਾਗੂ ਹੋਈ। ਤੁਸੀਂ ਇਸ ਗੱਲ ਤੋਂ ਸਹਿਮਤ ਹੋ? ਜੀ ਬਿਲਕੁਲ, ਮੈਂ ਗੱਲ ਤੋਂ ਉਹਨਾਂ ਦੀ ਸਹਿਮਤ ਹਾਂ। ਔਰ ਮੈਨੂੰ ਅੱਜ ਯਾਦ ਹੈ ਜਦ ਉਹਨੇ ਪਾਰਲੀਮੈਂਟ 'ਚ ਉਹਨਾਂ ਨੇ ਸਟੇਟਮੈਂਟ ਕੀਤੀ ਸੀਗੀ, ਬਿਕੋਜ਼ ਹੀ ਇਜ਼ ਨੋਟ ਓਨਲੀ ਲੀਡਰ ਆਫ ਪੋਲੀਟੀਕਲ ਪਾਰਟੀ ਬਟ ਅਬਵ ਦੈਟ ਹੀ ਇਜ਼ ਅ ਗ੍ਰੇਟ ਇਕੋਨਮਿਸਟ। ਜੋ ਉਹਨਾਂ ਨੇ ਉੱਥੇ ਕੋਟ ਕੀਤੀ ਸੀ ਸਟੇਟਮੈਂਟ ਕਿ ਐਜ਼ ਪਰ ਹਿਜ਼ ਐਸਟੀਮੇਟਸ ਹੀ ਸੈਡ ਦੇਅਰ ਵੁੱਡ ਬੀ ਅਰਾਊਂਡ 2% ਫਾਲ ਇਨ GDP। ਅਤੇ ਮੈਂ ਉਸ ਚੀਜ਼ ਤੋਂ ਪਰ ਕਹਿਣਾ ਚਾਹੂੰਗਾ, ਉਸ ਟਾਈਮ 'ਚ ਜਦ ਡੀਮੋਨੇਟਾਈਜੇਸ਼ਨ ਹੋਇਆ, ਫਸਟ ਕੁਆਟਰ ਦੇ ਰਿਜ਼ਲਟਸ ਆਊਟ ਸੀਗੇ, ਫਸਟ ਕੁਆਟਰ ਦੇ ਰਿਜ਼ਲਟਸ ਸਾਡੇ ਔਰ ਐਸਟੀਮੇਟਸ ਜੋ ਸੀਗੇ ਸਾਡੇ ਉਸ ਸਾਲ ਦੇ 2016-17 ਦੇ ਐਸਟੀਮੇਟਸ ਜਿਹੜੇ GDP ਦੇ ਸੀਗੇ, GDP ਐਸਟੀਮੇਟਸ ਕਹਿੰਦੇ ਸੀ ਵੀ 7.5% ਸਾਡੀ 2016-17 ਦੀ ਗਰੋਥ ਰਹੇਗੀ GDP ਦੀ। ਅੱਜ ਦੀ ਡੇਟ 'ਚ ਅਗਰ ਆਪ ਜੀ ਦੇਖੋ ਤਾਂ ਉਹ ਗਰੋਥ ਐਸਟੀਮੇਟਸ ਫਾਲ ਕਰ ਗਏ ਆ, RBI ਦੀ ਤਰਫੋਂ ਦੀ ਹੀ 6.7% ਦਾ ਐਸਟੀਮੇਟ ਆ। ਅਗਰ ਆਪ ਜੀ ਐਕਚੁਅਲ ਡੇਟਾ ਦੀ ਗੱਲ ਕਰਦੇ ਹੋ ਤਾਂ ਐਕਚੁਅਲ ਡੇਟਾ ਸਾਡੇ ਕੋਲ ਉਸ ਟਾਈਮ 7% ਪਲੱਸ ਸਾਡੀ ਗਰੋਥ ਰੇਟ ਸੀਗੀ, ਜੋ ਅੱਜ ਦੇ ਟਾਈਮ 'ਚ ਜਿਹੜਾ ਸਾਡਾ ਫਸਟ ਕੁਆਟਰ ਹੈ ਉਹ ਸਿਰਫ 5.7% ਰਹਿ ਗਈ ਹੈ। ਅਤੇ 7.1% ਤੋਂ 5.7% 'ਤੇ ਫਾਲ ਆ ਗਿਆ, ਔਰ ਐਸਟੀਮੇਟ ਦੀ ਗੱਲ ਕਰੀਏ ਤਾਂ 7.5% ਤੋਂ ਸਾਡਾ 7% ਤੋਂ ਬਿਲੋ 6.7% ਫਾਲ ਆ ਗਿਆ। ਅਤੇ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਮਨਮੋਹਨ ਸਿੰਘ ਜੀ ਦੀ ਗੱਲ ਪੂਰੀ ਢੁੱਕਦੀ ਹੈ ਕਿ ਲਗਭਗ 1 ਸਾਲ ਪਹਿਲੇ ਕਹਿ ਦਿੱਤੀ, ਜੋ ਉਹਨਾਂ ਨੇ ਉਸੇ ਟਾਈਮ 1 ਸਾਲ ਪਹਿਲੇ ਕਹਿ ਦਿੱਤੀ ਸੀਗੀ, ਅਤੇ 2% ਦਾ ਲਗਭਗ ਇਕੋਨਮੀ ਝਟਕਾ ਲੱਗ ਗਿਆ। ਗਿਵਨ ਦਾ ਸਿਨੈਰੀਓ ਜਦ ਵਰਲਡ ਇਕੋਨਮੀ ਜੋ ਹੈ ਉਹ ਗਰੋ ਕਰ ਰਹੀ ਹੈ, ਐਸੀ ਸਿਚੁਏਸ਼ਨ ਵਿੱਚ ਇੰਡੀਅਨ ਇਕੋਨਮੀ ਦੀ ਗਰੋਥ ਸਲੋ ਡਾਊਨ ਹੋ ਗਈ ਹੈ। ਨਾ ਚਲੋ, ਇੱਕ ਤਾਂ ਉਹ ਸਮਾਂ ਹੋ ਗਿਆ ਕਿ ਜਦੋਂ ਕਾਫੀ ਜਦੋਂ ਰਿਸੈਸ਼ਨ ਆ ਗਿਆ, ਰਿਸੈਸ਼ਨ ਦੇ ਵਿੱਚ ਜੋ GDP ਗਿਰਦੀ ਹੈ, ਪਰ ਬਾਕੀ ਸਾਰੇ ਜਿਹੜੇ ਕੰਟਰੀਜ਼ ਹੈਗੀਆਂ ਉਹ ਗਰੋਥ 'ਤੇ ਜਾ ਰਹੇ ਆ, ਪਰ ਇੰਡੀਆ ਜਿਹੜਾ ਡਾਊਨ ਦੇ ਵਿੱਚ ਜਾ ਰਿਹਾ। ਬਿਲਕੁਲ, ਉਹ ਮਤਲਬ ਗਿਵਨ ਦਿਸ ਸਿਨੈਰੀਓ ਵੇਅਰ ਗਲੋਬਲ ਇਕੋਨਮੀ ਇਜ਼ ਗਰੋਇੰਗ ਐਟ ਅ ਗੁੱਡ ਰੇਟ, ਅਗਰ ਇੰਡੀਆ 'ਚ ਡੀਮੋਨੇਟਾਈਜੇਸ਼ਨ ਨਾ ਹੋਇਆ ਹੁੰਦਾ ਅਤੇ ਉਹ ਰੇਟ ਇੰਡੀਆ ਦੀ ਹੋਰ ਵੀ ਅੱਛੀ ਹੋਣੀ ਸੀਗੀ, ਵਰਲਡ ਤੋਂ ਵੀ ਜ਼ਿਆਦਾ ਅੱਛੀ ਹੋਣੀ ਸੀਗੀ। ਜਦਕਿ ਰਿਸੈਸ਼ਨ ਦੇ ਵਿੱਚ ਇੰਡੀਆ ਹੀ ਸ਼ਾਇਦ ਇਕੱਲਾ ਇਕਲੌਤਾ ਦੇਸ਼ ਸੀਗਾ ਜਿਹੜਾ ਬਚਿਆ ਹੋਇਆ ਸੀਗਾ। ਰਿਸੈਸ਼ਨ ਸਾਰੀ ਦੁਨੀਆ 'ਚ ਆਇਆ, ਪਰ ਇੰਡੀਆ 'ਚ ਉਸ ਲੈਵਲ 'ਤੇ ਨਹੀਂ ਆਇਆ, ਬਹੁਤ ਘੱਟ ਆਇਆ, ਆਇਆ ਥੋੜ੍ਹਾ ਜਿਹਾ ਇਫੈਕਟ ਆਇਆ, ਪਰ ਮਨਮੋਹਨ ਸਿੰਘ ਜਿਹੜੇ ਗੌਰਮੈਂਟ ਉਦੋਂ ਵੀ ਸੀਗੀ ਉਹਨਾਂ ਨੇ ਇਸ ਚੀਜ਼ ਨੂੰ ਪੂਰਾ ਕਾਬੂ ਕੀਤਾ। ਜੀ, ਉਸ ਚੀਜ਼ 'ਤੇ ਪੂਰੇ ਇਹਨਾਂ ਨੂੰ ਨੰਬਰ ਮਿਲਦੇ ਆ ਇੰਡੀਅਨ ਗਵਰਨਮੈਂਟ ਨੂੰ, ਕਿਉਂਕਿ US ਦਾ ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਸੀਗਾ, ਉਹਦੀ ਰਿਪਰਕਸ਼ਨਸ, ਉਹਦੇ ਇਫੈਕਟ ਆਲ ਓਵਰ ਗਲੋਬ ਫੀਲ ਕੀਤੇ ਗਏ ਸੀ, ਬਟ ਇੰਡੀਆ ਵਾਜ਼ ਦੀ ਯੂਨੋ ਅਮੰਗਸਟ ਓਨਲੀ ਫਿਊ ਕੰਟਰੀਜ਼ ਜਿਹਦੇ ਉੱਪਰ ਲੀਸਟ ਇਫੈਕਟ ਹੋਇਆ ਸੀਗਾ, ਐਂਡ ਇੰਡੀਆ ਵਾਜ਼ ਦੀ ਓਨਲੀ ਕੰਟਰੀ ਟੂ ਰਿਕਵਰ ਐਟ ਦੀ ਫਾਸਟੈਸਟ। ਅਤੇ ਉਹਦੇ 2 ਰੀਜ਼ਨ ਸਾਹਮਣੇ ਆਉਂਦੇ ਆ, ਉਹਦੇ ਅਗਰ ਗੱਲ ਕੀਤੀ ਜਾਏ ਤਾਂ ਬੈਂਕਿੰਗ ਸਿਸਟਮ, ਸਾਡਾ ਬੈਂਕਿੰਗ ਸਿਸਟਮ ਇੰਨਾ ਰੋਬਸਟ ਹੈ, ਇੰਨਾ ਸਟਰੋਂਗ ਹੈ ਕਿ ਉਹਦੇ ਵਿੱਚ ਸਾਨੂੰ ਐਸੇ ਸਬ ਪ੍ਰਾਈਮ ਕ੍ਰਾਈਸਿਸ ਜਿਹੜੇ ਝਟਕੇ ਆ ਉਹ ਸਾਡੀ ਇਕੋਨਮੀ ਨੂੰ ਨਹੀਂ ਲੱਗ ਪਾਉਂਦੇ, ਕਿਉਂਕਿ ਸਾਡੇ ਕੋਲ ਸਿਰਫ ਤਾਂ ਪ੍ਰਾਈਮ ਮਾਰਕੀਟ ਹੈ,
प्राइम लैंडिंग मार्केट है, सब प्राइम लैंडिंग मार्केट नहीं है, जो बाकी देशों चाहे या यूएस विच हैगी है, साढ़े विच नहीं है, साड़ा सिस्टम स्ट्रोंग है। और दूसरा पैरल ब्लैक इकोनमी जो सब जानते हैं, उस टाइम भी साड़ी पैरल ब्लैक इकोनमी काफ़ी सी, तो पीपल एबल टू सर्वाइव, तो इस करके इंडिया विद इन अ ईयर ही ऑलमोस्ट जड़ा है उसकी जीडीपी ग्रोथ रिकवरी हो गई सी। और आज के टर्म्स के विच असी गल करते हैं तो साड़ी जीडीपी जी ऑलरेडी 2% तकरीबन जो अप्रोक्सीमेटली गिर चुकी हैगी है, पर आरबीआई उन्हें फिर भी 1% के आसपास दसदी हैगी, पर एक्चुअल फिगर्स जी अप्रोक्सीमेट 2 figures हैगी है। तो एक साल के जो असी ओवरव्यू की गल करते हैं तो असी खटिया की तो गवाया की, खटिया के सू है कि सूँ यही मिले कि शायद टैक्सपेयर थोड़े जे वधे और जी जो शैल कंपनियां बंद हुई, पर नैगेटिव जी है परसेंटेज ज़्यादा मिलती, नैगेटिव ज़्यादा नज़र आता है जी। प्लस में जिमें असं डिस्कस किया कि टैक्स पेयर्स वधे है एज पर द रिपोर्ट, होर साड़ी शैल कंपनीज़ पकड़िया गई हैं और डीरजिस्टर हो गई हैं, पॉजिटिव पॉइंट है। ठीक है जी, एक पॉजिटिव पॉइंट इनफ्लेशन के एंगल तो लै सकते हैं असं कि मार्जिनल डिक्रीज़ है इनफ्लेशन का एज कंपेयर टू लास्ट ईयर। बाकी जड़े फ्रंट है बाकी सारे फ्रंट पर जी है इंडिया की इकोनमी जी वो लैग कर रही है, जिमें असी गल की जीडीपी के उपर, जीडीपी के साड़ी ग्रोथ बहुत ज़्यादा घट हो गई है, मौजूदा 5.7% आ गई है। दूसरा अनएम्प्लॉयमेंट है, अनएम्प्लॉयमेंट भी तकरीबन वधी है, जो रिपोर्ट कहती है यूएन की रिपोर्ट के हिसाब न 1.76 तो लैके 1.77 हो गई साड़ी अनएम्प्लॉयमेंट, मतलब लगभग 1 लाख लोगों ने जड़ी है वो तकरीबन नौकरी उन्होंने गवाई है, अनएम्प्लॉयमेंट वधी है। जो CMIE दी रिपोर्ट है वो कहती है कि पिछले 1 साल के लगभग 1.5 लाख लोगों ने अनएम्प्लॉयमेंट हुई है उन्होंने, मतलब नौकरियां उन्होंने जॉब लॉस होया उन्होंने, मिलन की जगह सगो गवा ली लोगों ने नौकरियां, तो वो एक नैगेटिव पॉइंट एक वह भी मनिया जाता है। सो GDP के फ्रंट पर असी डाउन चले गए, अनएम्प्लॉयमेंट के फ्रंट पर साडनू काफ़ी नुकसान होया, करप्शन के फ्रंट पर करप्शन वधी ही है, टैररिज्म के फ्रंट पर कोई कंट्रोल नज़र नहीं आ रहा है। सो कुल मिला के ओवरऑल अगर असी कंकलूड करिए तो साड़ी इकोनमी नू नुकसान ज़्यादा तो फायदा घट नज़र आया। ये एक होर चीज़ ऐड होंगी है कि अगर असी नवी करंसी असी इंट्रोड्यूस की है तो डेफिनेटली प्रिंटिंग की गई है, तो RBI की रिपोर्ट खुद दसदी है कि ये उन्होंने प्रिंटिंग कॉस्ट मोर दैन डबल हो गई है। अगर असी पुरानी करंसी कॉन्टिन्यू रखते प्रिंटिंग करनी 500,000 के नोट, वो जिन्ना खर्चा होना सी उस तो डबल खर्चा लास्ट ईयर RBI ने किया। सो डबल का मतलब है कि लगभग 7,600-7,700 crore के आसपास जड़ा है वो खर्चा, टोटल खर्चा प्रिंटिंग विच करंसी दी होया, तो साढ़े उत्थे एक्सपेंसिस डबल हो गए। RBI डिविडेंड पे करता सरकार नू, और डिविडेंड भी घट हो गया, तो अल्टीमेटली जड़ा है ये बर्डन पे इकोनमी के उपर। असी कॉस्ट बेनिफिट एनालिसिस करिए तो साड़ी किन्नी ब्लैक मनी पकड़ी गई वो, और प्लस सानू वो दैट कैन बी काउंटेड एज फायदा प्रॉफिट, और किन्ना सानू हरजाना भुगतना पे, वो हरजाना साड़ा नोट प्रिंटिंग दी टर्म्स विच है, नंबर ऑफ इकोनमिक ग्रोथ जी साड़ी डाउन चली गई है वो बहुत वड्डा घट है, सानू अनएम्प्लॉयमेंट साड़ी बढ़ गई है, साड़ा करप्शन लेवल बढ़ गया है, साडे सिटीजन 100 more than 100 पीपल लॉस देयर लाइफ्स, और टैररिज्म बदन करके किन्ने साडे जवान जी अपनी जिंदगियां कुर्बान कर रहे हैं। तो वो अगर देखिए तो जड़े नुकसान है वह नुकसान जड़ा वो भारी पैंदा है फायदे के उपर। ठीक है जी, ओवरऑल रिव्यू असी लिया सीगा कि एक साल दे विच असी की दे नोटबंदी दे या डिमोनेटाइजेशन दे की जो एस्पेक्ट सीगे ओ असी डिस्कस कीते सीगे, जो कि सरदार नरेंद्र पाल सिंह जी जो कि इकोनॉमिक्स दे एक्सपर्ट ने और फाइनेंस दे जो प्रोफेसर ने IP यूनिवर्सिटी गुरु गोबिंद सिंह इंद्रप्रस्थ यूनिवर्सिटी के जेम्स कॉलेज दे विच, ते उन्हां नाल असीं गलबात कीती। अखीर दे विच तुहाडे तों जानना चाहांगे किदां असीं इंप्रूव कर सकते हैं, किहड़े ऐसे कुछ चीज़ां हैगियां जिहदे नाल असीं दुबारा अपनी इकोनमी नूं सुधार सकदे हां, गवर्नमेंट नूं किहड़ी चीज़ां जो कि जिहदे ते ध्यान देना चाहिए, की कहना? इकोनमी वापस ट्रैक ते लिआउण वास्ते गल उही है कि कोई चीज़ विगाड़नी बड़ी आसान हुंदी है ते सवारनी बड़ी औखी हुंदी है, जिवें साडे वड्डे बजुर्ग वी कहिंदे आ, तो उही हाल इकोनमी वास्ते है। इकोनमी एक चलती अच्छी स्पीड से 7.5% रेट पर चलती हुई इकोनमी 5.7% ले आना, उन्होंने फिर वापस ले जाना बहुत औखा है, लेकिन नामुमकिन नहीं है, कोई भी चीज़ इस संसार नामुमकिन नहीं है। तो वह भी तरीके है, जिमें अं डिस्कस किया कि अनएम्प्लॉयमेंट बेरोज़गारी जी वध रही है, जो मौजूदा सरकार ने जब अपनी पावर आए इलेक्शन के टाइम उन्होंने जो वादे किए
ਉਹ ਸਾਰੇ ਵਾਅਦੇ ਜਿਹੜੇ ਹੈ ਅੱਜ ਉਹ ਝੂਠੇ ਸਾਬਿਤ ਹੁੰਦੇ ਨਜ਼ਰ ਆਉਂਦੇ ਆ। ਅੱਜ ਸਵੇਰੇ ਹੀ ਆਪ ਜੀ ਨੇ ਪੜ੍ਹਿਆ ਹੋਣਾ ਨਿਊਜ਼ ਪੇਪਰ 'ਚ ਕਿ ਯੂਨੀਅਨ ਟਰੇਡ ਯੂਨੀਅਨ ਜਿਹੜੀ ਹੈ ਉਹਨੇ ਆਪਣਾ ਸਟ੍ਰਾਈਕ ਛੇੜ ਦਿੱਤੀ ਹੈ। ਉਹਦਾ ਦਾ ਮੁੱਦਾ ਵੀ ਇਹੀ ਹੈ ਕਿ ਹੋਰ ਜੋਬ ਕ੍ਰੀਏਸ਼ਨ ਨਹੀਂ ਹੋ ਪਾ ਰਹੀਆਂ, ਜੋ ਵਾਅਦੇ ਸੀਗੇ ਉਹ ਵਾਅਦੇ ਪੂਰੇ ਨਹੀਂ ਹੋ ਰਹੇ। ਸੋ ਸਭ ਤੋਂ ਵੱਡੀ ਗੱਲ ਹੈ ਕਿ ਜੋਬ ਕ੍ਰੀਏਸ਼ਨ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ ਆਪ ਜੀ ਜੋਬ ਹੀ ਲਓ, ਐਟ ਦ ਸੇਮ ਟਾਈਮ ਤੁਸੀਂ ਜੋਬ ਕ੍ਰੀਏਟਰ ਵੀ ਬਣ ਸਕਦੇ ਹੋ, ਤੁਸੀਂ ਐਂਟਰਪ੍ਰੀਨਿਓਰਸ਼ਿਪ ਕਰ ਸਕਦੇ ਹੋ। ਯੂ ਕੈਨ ਬੀ ਅ ਗੁੱਡ ਐਂਟਰਪ੍ਰੀਨਿਓਰ ਐਂਡ ਯੂ ਕੈਨ ਕ੍ਰੀਏਟ ਜੋਬਸ ਰਾਦਰ ਦੈਨ ਅ ਜੋਬ ਸੀਕਰ, ਬੀ ਆ ਜੋਬ ਗਿਵਰ। ਸੋ ਉਸ ਦੇ ਵਿੱਚ ਸਰਕਾਰ ਨੇ ਪਹਿਲ ਤਾਂ ਕੀਤੀ ਹੈ, ਜਿਵੇਂ ਸਕਿੱਲ ਇੰਡੀਆ ਲੈ ਕੇ ਆਈ ਹੈ, ਇੰਡੀਆ ਮੇਕ ਇਨ ਇੰਡੀਆ ਲੈ ਕੇ ਆਈ ਹੈ, ਸਕਿੱਲ ਇੰਡੀਆ ਮੇਕ ਇਨ ਇੰਡੀਆ, ਅਤੇ ਇਹਨਾਂ ਜਿਹੜੀ ਪੋਲਿਸੀਜ਼ ਹੈਗੀਆਂ ਸਰਕਾਰ ਦੀਆਂ, ਇਹਨਾਂ ਨੂੰ ਵਧਾਵਾ ਦੇਣ ਦੀ ਬਹੁਤ ਜ਼ਰੂਰਤ ਹੈ। ਹੋਰ ਇਹ ਚੈੱਕ ਕਰਨ ਦੀ ਜ਼ਰੂਰਤ ਹੈ ਕਿ ਗਰਾਊਂਡ ਲੈਵਲ 'ਤੇ ਕੰਮ ਕਿੰਨਾ ਹੋ ਰਿਹਾ। ਸਿਰਫ ਇੱਕ ਬੋਰਡ ਲਗਾਉਣ ਦੇ ਨਾਲ ਇੱਕ ਬਿਲਡਿੰਗ ਦੇ ਬਾਹਰ ਆਫਿਸ ਨਹੀਂ ਬਣ ਜਾਂਦਾ, ਉਹਦੇ ਵਿੱਚ ਤੁਹਾਨੂੰ ਬੰਦੇ ਵੀ ਚਾਹੀਦੇ ਹੈ, ਉਹਦੇ 'ਚ ਕੰਮ ਵੀ ਹੋਣਾ ਚਾਹੀਦਾ, ਅਤੇ ਤਾਂ ਹੀ ਜਿਹੜੀ ਹੈ ਕੁਛ ਆਊਟਪੁੱਟ ਨਿਕਲੇਗਾ। ਅਤੇ ਗਵਰਨਮੈਂਟ ਨੂੰ ਇਨਸ਼ੋਰ ਕਰਨਾ ਪਏਗਾ ਕਿ ਜੋ ਪੋਲਿਸੀਜ਼ ਹੈਗੀਆਂ ਨੇ ਉਹ ਪੋਲਿਸੀਜ਼ ਗਰਾਊਂਡ ਲੈਵਲ 'ਤੇ ਵਰਕ ਕਰਨ, ਹੋਰ ਜੋ ਬੈਨੀਫਿਟ ਜਿਨ੍ਹਾਂ ਨੂੰ ਮਿਲਣਾ ਚਾਹੀਦਾ ਉਸ ਚੀਜ਼ ਦਾ ਉਹ ਮਿਲੇ, ਅਤੇ ਐਂਟਰਪ੍ਰੀਨਰਸ਼ਿਪ ਨੂੰ ਵਧਾਵਾ ਮਿਲਣਾ ਚਾਹੀਦਾ ਹੈ, ਹੋਰ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣੇ ਚਾਹੀਦੇ ਆ ਜਿਹਦੇ ਨਾਲ ਲੋਕਾਂ ਨੂੰ ਇੰਪਲਾਇਮੈਂਟ ਮਿਲੇ, ਕਿਉਂਕਿ ਸਾਰੀ ਚੀਜ਼ ਉੱਥੋਂ ਸ਼ੁਰੂ ਹੁੰਦੀ ਹੈ। ਇੰਪਲਾਇਮੈਂਟ ਹੋਏਗੀ, ਲੋਕਾਂ ਕੋਲ ਇਨਕਮ ਹੋਏਗੀ, ਫਿਰ ਸੇਵਿੰਗ ਹੋਣਗੀਆਂ, ਇਨਵੈਸਟਮੈਂਟ ਹੋਣਗੀਆਂ, ਇਨਵੈਸਟਮੈਂਟ ਤੋਂ ਫਿਰ ਸਾਈਕਲ ਚੱਲਦੀ ਹੈ, ਪੂਰਾ ਸਰਕਲ ਹੈ, ਅਤੇ ਉਹਦੇ ਨਾਲ ਫਿਰ ਇਕਨੋਮੀ ਜਿਹੜੀ ਹੈ ਡਿਮਾਂਡ ਵਧਦੀ ਹੈ ਅਤੇ GDP ਗਰੋਥ ਹੁੰਦੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਨਿੰਦਰਪਾਲ ਸਿੰਘ ਜੀ ਦਾ, ਜੋ ਕਿ ਸਾਡੇ ਨਾਲ ਜੁੜੇ ਸੀਗੇ, ਜੋ ਕਿ ਐਕਸਪਰਟ ਨੇ ਇਕਨੋਮਿਕਸ ਦੇ, ਹੋਰ IP ਯੂਨੀਵਰਸਿਟੀ ਦੇ ਜੋ ਪ੍ਰੋਫੈਸਰ ਨੇ। ਸਰਦਾਰ ਨਿੰਦਰਪਾਲ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ, ਹੋਰ ਬੜੀ ਅੱਛੀਆਂ ਜੋ ਗੱਲਾਂ, ਹੋਰ ਜੋ ਕਿ ਓਵਰਵਿਊ ਟੈਕਨੀਕਲ ਟਰਮਸ ਦੇ ਵਿੱਚ ਤੁਸੀਂ ਸਾਨੂੰ ਦਿੱਤਾ, ਅਤੇ ਇਸੇ ਤਰੀਕੇ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ, ਅਤੇ ਕੀ ਖਟਿਆ ਅਤੇ ਕੀ ਗਵਾਇਆ ਇਹ ਸਾਡੀ ਕੋਸ਼ਿਸ਼ ਸੀਗੀ ਅਕਾਲ ਚੈਨਲ ਵੱਲੋਂ ਸਾਨੂੰ ਪ੍ਰੈਜੈਂਟ ਕਰਨ ਵਾਸਤੇ। ਉਮੀਦ ਕਰਦੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ, ਆਪਣਾ ਫੀਡਬੈਕ ਦੇਣਾ ਨਾ ਭੁੱਲਣਾ। ਦੇਖਦੇ ਰਹੋ ਸੰਗਤ ਜੀ ਅਕਾਲ ਚੈਨਲ, ਕੈਮਰਾਮੈਨ ਜਸਪ੍ਰੀਤ ਸਿੰਘ ਦਾਸ, ਗੁਰਪ੍ਰੀਤ ਸਿੰਘ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।